ਗਰੀਬ ਨਿਵਾਜ ਦੀ ਕਾ ਚਾਓ ਸਿਰ ਧਰ ਤਲੀ ਗਲੀ ਮੇਰੀਆ ਇਤ ਮਾਰਗ ਪੈਰ ਤਿਰੀ ਜੇ ਸਿਰ ਦੀ ਜੈ ਕਾਂ ਸਾਰੀ ਸੰਗਤ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਏ ਸ਼ਿਵਾ ਬਰਮੋਏ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੂ ਨਾ ਡਰੂ ਅਰਸੋ ਜਬ ਜਾਇਲ ਨੀਚੇ ਕਰੇ ਆਪਣੀ ਜੀਤ ਕਰੋ ਹੀਰਨ ਮੈਂ ਤਬ ਜੂਝ ਮਰੂ ਬੇਨਤੀ ਮੇਰੀ ਹੈ ਬੇਨਤੀ ਸੰਗਤੇ ਗੁਰਾਂ ਦੀ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਧਰਮ ਦੇ ਜਿਹੜੇ ਨੇ ਰੁਕ ਜਾਂਦੇ ਸ਼ਰਧਾ ਨਾਲ ਜੋ
तेरे दरबार आवे ओ दे गेड़ 84 दे मुक जांदे आसा है दिला नरासियां दी तेरे दर ते आन के डिगया गां ओट छड़ के सारियां पासियां दी इथों लभदा मान निमाणिया दासियां दी तेरे अमृती सुमियो हर वेले मिट जाए प्यास प्यासियां दी मिट जाए प्यास प्यासियां कोई गुण नी असा दे विच दात्या सच्ची गल असी औगणा दे परे हां कोई गुण नी असा दे विच दात्या सच्ची गल असी औगणा दे परे हां मान रख लो निमाणिया दा शहंशाह झोली अड दरबार तेरे खड़े हां मान रख लो निमाणिया दा शहंशाह झोली अड दरबार तेरे खड़े हां ਪਰ ਚੰਗਾ ਸਾਡਾ ਚੱਜ ਤੇ ਚਾਰਨਾ ਪੱਲਾ ਬਦਿਆਂ ਦਾ ਅਸੀਂ ਨਹੀਂ ਉਹ ਛੱਡਦੇ ਪੱਲਾ ਬਦਿਆਂ ਦਾ ਅਸੀਂ ਨਹੀਂ ਉਹ ਛੱਡਦੇ ਚੰਗੇ ਕਰਮਾਂ ਨਾਲ ਅਸਾਂ ਦਾ ਪਿਆਰ ਨਾ ਗੱਲਾਂ ਬਾਤਾਂ ਨਾਲ ਅਸੀਂ ਚੰਗੇ ਬਣਦੇ ਪਰ ਚੰਗਾ ਸਾਡਾ ਚੱਜ ਤੇ ਚਾਰਨਾ ਪੱਲਾ ਬਦਿਆਂ ਦਾ ਅਸੀਂ ਨਹੀਂ ਉਹ ਛੱਡਦੇ ਚੰਗੇ ਕਰਮਾਂ ਨਾਲ ਅਸਾਂ ਦਾ ਪਿਆਰ ਨਾ ਵਿੱਚ ਘੁੰਮਣ ਕੇਰੀ ਦੇ ਫਸਦਾ ਦਿਆ ਵਿੱਚ ਘੁੰਮਣ ਕੇਰੀ ਦੇ ਫਸਦਾ ਅਸੀਂ ਬੇੜੀ ਹੰਕਾਰ ਵਾਲੀ ਚੜੇ ਹਾਂ ਮਾਣ ਰੱਖ ਲੋ ਨਿਮਾਣਿਆਂ ਦਾ ਸ਼ਹਿਨਸ਼ਾਹ ਝੋਲੀ ਅੱਡ ਦਰਬਾਰ ਤੇਰੇ ਖੜੇ ਹਾਂ ਮਾਣ ਰੱਖ ਲੋ ਨਿਮਾਣਿਆਂ ਦਾ ਸ਼ਹਿਨਸ਼ਾਹ ਝੋਲੀ ਅੱਡ ਦਰਬਾਰ ਤੇਰੇ ਖੜੇ ਹਾਂ ਮਨੁੱਖ ਜਿਹੜਾ ਗਾਉਂਦਾ ਤੇਰੀ ਬਾਣੀ ਲਾਈ ਸੱਚੇ ਪਾਤਸ਼ਾਹ ਸੱਚੇ ਮਨ ਨਾਲ ਮਨੁੱਖ ਜਿਹੜਾ ਗਾਉਂਦਾ ਮੁੱਖ ਉਜਲਾ ਤੇ ਜੀਵਨ ਸਵਾਰਦੀ ਮੁੱਖ ਉਜਲਾ ਤੇ ਜੀਵਨ ਸਵਾਰਦੀ ਉਹਨੂੰ ਜਮਾ ਵਾਲਾ ਗੇੜ ਨਾ ਸਤਾਉਂਦਾ ਤੇਰੀ ਬਾਣੀ ਲਾਈ ਸੱਚੇ ਪਾਤਸ਼ਾਹ ਸੱਚੇ
मन ना मनुख जेड़ा काम दा मुख उजला ते जीवन सवार दी ओनू जमा वाला गेड़ ना सताम दा अल्ला फड़ी आया साने परी आई दा अल्ला फड़ी आया साने परी आई दा दाता ऐसी चंगी आईया नाल लड़े हां मान रख लो ते मानिया दा शहंशाह जोड़ी अट दरबार तेरे खड़े हां मान रख लो ते मानिया दा शहंशाह जोड़ी अट दरबार तेरे खड़े हां खापे ओनू समझा लवे देव बख्श गुना सारे उस दे देव बख्श गुना सारे उस दे कर प्यार फिर छाती नाल ला लवे सत्कार दान एक भुला दातिया पिता खूर खापे ओनू समझा लवे देव बख्श गुना सारे उस दे कर प्यार फिर छाती नाल ला लवे तेरे बाद नी सहारा कोई दिसदा तेरे बाद नी सहारा कोई असी हमकता दी नदी विच हड़े हां मान रख लो ते माने आंदा शहंशाह जोड़ी अट दरबार तेरे खड़े हां मान रख लो ते माने आंदा शहंशाह जोड़ी अट दरबार तेरे खड़े हां दरहीन दान आदा दान है होर टूट गई सहान आसरे तेरा दरहीन दान आदा दान है तू ओटने ओटिया दी गुरु जी तू ओटने ओटिया दी गुरु जी तेरे उत्ते बड़ा मौजिया अनुमान है होर टूट गई सहान आसरे तेरा दरहीन दान आदा दान है बड़ा मौजिया अनुमान है तोहे चन नू लगा लो हुण चरनी तोहे चन नू लगा लो हुण चरनी असी आण के शरण तेरी पड़े हां मान रख लो ने माणिया दा शहंशाह जोड़ी अट दरबार तेरे खड़े हां मान रख लो ने माणिया दा शहंशाह जोड़ी अट दरबार तेरे खड़े हां जोड़ी अट दरबार तेरे खड़े हां जोड़ी अट दरबार तेरे खड़े हो चवर छत्र तख दे मालक समुची मानवता दे ज्ञान दाता रबी बख्शा नाल सरशार शब्द गुरु गुरु ग्रंथ साहब महाराज जी दे पावन पवित्र चरणा विच सज बैठी गुरु की साजी नवाजी साध संगत दासां दी हाजरी दर प्रवान करदिआं इतिहास ते पन्ने कहण दी असीस बख्शते होए एक आवाज विच सारी सिख संगत गज के कहो जी वाहेगुरु जी का खालसा वाहेगुरु जी की फतेह। कौम दे महाबली योधे बाबा दीप सिंह साहब जी दा
ਮੁਬਾਰਕ ਜਨਮ ਦਿਹਾੜਾ ਆਪ ਸੰਗਤਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਮਨਾ ਰਹੇ ਹੋ। ਸੱਚੇ ਪਾਤਸ਼ਾਹ ਕਹਿੰਦੇ ਵੀ ਇਤਿਹਾਸ ਦਾ ਵਰਣਨ ਮਨੁੱਖ ਆਪੋ ਆਪਣੀ ਬੁੱਧੀ ਮੁਤਾਬਕ ਕਰਦਾ ਹੈ। ਜਿੰਨੀ ਜਿੰਨੀ ਸਮਰੱਥ ਪਾਤਸ਼ਾਹ ਨੇ ਕਿਸੇ ਨੂੰ ਬਖਸ਼ੀ ਹੁੰਦੀ ਹੈ ਉਸ ਮੁਤਾਬਕ ਉਹ ਇਤਿਹਾਸ ਦੇ ਪੰਨੇ ਇਕੱਠੇ ਕਰਕੇ ਸ਼ਬਦਾਂ ਦੀ ਚੋਣ ਕਰਕੇ ਕੌਮੀ ਇਤਿਹਾਸ ਨੂੰ ਸੰਗਤਾਂ ਦੇ ਸਾਹਮਣੇ ਪ੍ਰਗਟ ਕਰਨ ਦਾ ਯਤਨ ਕਰਦਾ। ਜਿੰਨੀ ਕੁ ਜਾਣਕਾਰੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬਾਰੇ ਵਿੱਚ ਦਾਸ ਨੂੰ ਪ੍ਰਾਪਤ ਹੋਈ ਉਹਨਾਂ ਵਿੱਚੋਂ ਕੁਝ ਇਤਿਹਾਸ ਦੇ ਪੰਨੇ ਆਪ ਜੀ ਨਾਲ ਸਾਂਝੇ ਕਰਨ ਲਈ ਤੁਹਾਡੀ ਖਿਦਮਤ ਵਿੱਚ ਹਾਜ਼ਰ। ਮਾਝੇ ਦਾ ਕਸਬਾ ਹੈ ਜਿਹਨੂੰ ਭਿੱਖੀਵਿੰਡ ਕਿਹਾ ਜਾਂਦਾ ਹੈ। ਭਿੱਖੀਵਿੰਡ ਤੋਂ ਲਹਿੰਦੇ ਵਾਲੇ ਪਾਸੇ ਨੂੰ ਹੋਈਏ ਥੋੜ੍ਹਾ ਜਿਹਾ ਅੱਗੇ ਜਾ ਕੇ ਖੱਬੇ ਪਾਸੇ ਇੱਕ ਪਿੰਡ ਹੈ ਪਹੁਵਿੰਡ। ਪਹੁਵਿੰਡ ਪਿੰਡ ਵਿੱਚ ਛੋਟਾ ਜਿਹਾ ਪਿੰਜ ਹੈ, ਕਿਰਤੀ ਸਿੱਖ ਉੱਤੇ ਵਸਦੇ ਨੇ। ਉਸ ਪਿੰਡ ਵਿੱਚ ਭਾਈ ਭਗਤੇ ਨਾਮ ਦਾ ਇੱਕ ਮਨੁੱਖ ਵਸਦਾ ਜਿਹਦੀ ਧਰਮ ਪਤਨੀ ਦਾ ਨਾਮ ਹੈ ਬੀਬੀ ਜਿਉਣੀ। ਇਹ ਸੁਭਾਗ ਜੋੜੀ ਇਹ ਦੰਪਤੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਗੁਜ਼ਾਰ ਰਹੀ। ਖੇਤੀਬਾੜੀ ਦਾ ਧੰਦਾ ਚੱਲਦਾ ਹੈ, ਪਰਮੇਸ਼ਰ ਨੇ ਆਪਣੀਆਂ ਬਖਸ਼ਾਂ ਨਾਲ ਨਵਾਜਿਆ ਅਤੇ ਜ਼ਮੀਨ ਭਾਂਡੇ ਦੀ ਕੋਈ ਕਮੀ ਨਹੀਂ। ਇਹੀ ਦਿਨ ਸਨ ਭਾਈ ਭਗਤਾ ਜੀ ਆਪਣੇ ਨੌਕਰ ਚਾਕਰ ਲੈ ਕੇ ਆਪਣੇ ਖੇਤਾਂ ਵਿੱਚ ਜਿੱਥੇ ਉਹਨਾਂ ਦਾ ਖੂਹ ਚੱਲਦਾ ਸੀ ਉਸ ਦੇ ਨਾਲ ਨਾਲ ਉਸ ਵੇਲੇ ਦੇ ਰਿਵਾਜ ਮੁਤਾਬਕ ਆਪਣੇ ਘਰ ਵਿੱਚ ਵਰਤੋਂ ਵਿੱਚ ਲਿਆਉਣ ਵਾਲੇ ਗੁੜ ਦੀ ਉਹ ਕਾਢ ਕਾਢ ਕੇ ਰੋਹ ਤੋਂ ਗੁੜ ਬਣਾ ਰਹੇ ਸਨ। ਜਣੀ ਵੇਲਣਾ ਚੱਲ ਰਿਹਾ ਸੀ, ਨੌਕਰ ਚਾਕਰ ਉਹਨਾਂ ਦੇ ਸਾਥ ਉਹਨਾਂ ਦੀ ਸੇਵਾਵਾਂ ਨਿਭਾ ਰਹੇ ਸਨ। ਸਮੇਂ ਅਨੁਸਾਰ ਉਹਨਾਂ ਦੀ ਧਰਮ ਪਤਨੀ ਬੀਬੀ ਜਿਉਣੀ ਨੇ ਭੋਜਨ ਤਿਆਰ ਕੀਤਾ। ਭੋਜਨ ਤਿਆਰ ਕਰਕੇ ਆਪਣੇ ਪਤੀ ਦਾ ਅਤੇ ਨੌਕਰਾਂ ਦਾ ਪਤਾ ਦੇਣ ਲਈ ਖੂਹ 'ਤੇ ਜਾ ਪਹੁੰਚੀ। ਵੇਲਣਾ ਚੱਲ ਰਿਹਾ ਸੀ, ਬੀਬੀ ਨੇ ਹੱਥਾਂ ਨਾਲ ਤਿਆਰ ਕੀਤਾ ਹੋਇਆ ਭੋਜਨ ਇੱਕ ਥਾਂ 'ਤੇ ਰੱਖਿਆ ਅਤੇ ਆਵਾਜ਼ ਦਿੱਤੀ, ਪਤੀ ਜੀ ਤਿਆਰ ਕੀਤਾ ਹੋਇਆ ਲੰਗਰ ਲਿਆਂਦਾ ਗਿਆ ਅਤੇ ਆਪ ਆਪਣੀ ਸ਼ਿੱਦਤ ਨਾਲ ਛਕੋ। ਭਾਈ ਭਗਤਾ ਜੀ ਨੇ ਵਗਦੀ ਹੋਈ ਹਨਾੜੀ ਨੂੰ ਰੋਕਿਆ, ਨੌਕਰਾਂ ਨੂੰ ਕੰਮ ਕਰਨ ਤੋਂ ਹੋੜਿਆ, ਚੱਲਦਾ ਵੇਲਣਾ ਬੰਦ ਕਰ ਦਿੱਤਾ। ਨੌਕਰ ਆਣ ਕੇ ਬੈਠ ਗਏ, ਭਾਈ ਭਗਤਾ ਜੀ ਬੈਠ ਗਏ ਅਤੇ ਭਾਈ ਭਗਤਾ ਜੀ ਦੇ ਖੇਤਾਂ ਦੇ ਲਾਗੋਂ ਦੀ ਇੱਕ ਰਸਤਾ ਲੰਘਦਾ ਸੀ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਭਾਈ ਸਾਹਿਬ ਦੀ ਨਜ਼ਰ ਉਸ ਰਸਤੇ 'ਤੇ ਜਾ ਪਈ। ਇੱਕ ਚਿੱਟ ਕੱਪੜੀਆ ਧਰਮਾਤਮਾ ਉਸ ਰਸਤੇ ਲੰਘਿਆ ਜਾ ਰਿਹਾ ਸੀ। ਭਾਈ ਸਾਹਿਬ ਦੀ ਭਾਵਨਾ ਬਣੀ, ਘਰ ਵਿੱਚੋਂ ਪਕਵਾਨ ਤਿਆਰ ਹੋ ਕੇ ਆਇਆ, ਭੋਜਨ ਤਿਆਰ ਹੋ ਕੇ ਆਇਆ, ਕਿਉਂ ਨਾ ਇਸ ਸਾਧੂ ਨੂੰ ਬੇਨਤੀ ਕੀਤੀ ਜਾਵੇ, ਜੇ ਤਲਬ ਹੋਵੇ ਭੋਜਨ ਛਕਣ ਦੀ ਉਹ ਬੇਨਤੀ ਸਵੀਕਾਰ ਕਰਕੇ ਭੋਜਨ ਪਾ ਲੈਣਗੇ। ਭਾਈ ਸਾਹਿਬ ਜੀ ਆਪਣੇ ਵੇਲਣੇ ਤੋਂ ਉੱਠੇ ਅਤੇ ਕਾਹਲੇ ਕਦਮਾਂ ਨਾਲ ਵੱਧਦੇ ਹੋਏ ਰਸਤੇ ਵਿੱਚ ਜਾ ਖੜੇ ਹੋਏ। ਬੜੇ ਅਦਬ ਨਾਲ ਹੱਥ ਜੋੜ ਕੇ ਸੀਸ ਨਵਾ ਕੇ ਆਖਿਆ, ਮਹਾਂਪੁਰਸ਼ੋ, ਹੁਣੇ ਹੁਣੇ ਘਰ ਵਿੱਚੋਂ ਤਿਆਰ ਕੀਤਾ ਹੋਇਆ ਲੰਗਰ ਇੱਥੇ ਪਹੁੰਚਾ, ਜੇ ਤੁਹਾਡੀ ਭਾਵਨਾ ਹੋਵੇ ਤਾਂ ਲੋੜ ਮੁਤਾਬਕ ਭੋਜਨ ਛਕ ਲਓ। ਉਹਨਾਂ ਮਹਾਂਪੁਰਸ਼ਾਂ ਨੂੰ ਤਲਬ ਸੀ, ਭਾਈ ਭਗਤਾ ਜੀ ਦੀ ਬੇਨਤੀ ਸਵੀਕਾਰ ਕਰਕੇ ਉਹਨਾਂ ਦੇ ਖੂਹ 'ਤੇ ਜਾ ਪਹੁੰਚੇ। ਭਾਈ ਭਗਤਾ ਜੀ ਨੇ ਖੋਰੀ ਇਕੱਠੀ ਕੀਤੀ, ਉਹਦੇ ਉੱਤੇ ਇੱਕ ਚਾਦਰ ਵਿਛਾਈ ਅਤੇ ਮਹਾਂਪੁਰਸ਼ਾਂ ਨੂੰ ਬਿਠਾ ਦਿੱਤਾ। ਸਾਰਿਆਂ ਤੋਂ ਪਹਿਲਾਂ ਮਹਾਂਪੁਰਸ਼ਾਂ ਨੂੰ ਲੰਗਰ ਛਕਾਇਆ ਗਿਆ। ਉਹਨਾਂ ਨੇ ਬੜੇ ਅਦਬ ਨਾਲ ਲੋੜ ਮੁਤਾਬਕ ਭੋਜਨ ਛਕਿਆ, ਫਿਰ ਭਾਈ ਭਗਤਾ ਜੀ ਨੇ ਛਕਿਆ, ਫਿਰ ਨੌਕਰਾਂ ਨੇ ਛਕਿਆ ਅਤੇ ਤੁਰਨ ਤੋਂ ਪਹਿਲਾਂ ਧਰਮਾਤਮਾ ਨੇ ਭਾਈ ਭਗਤਾ ਜੀ ਨੂੰ ਮੁਖਾਤਬ ਹੋ ਕੇ ਆਖਿਆ, ਖੇਤਾਂ ਵਿੱਚ ਵੇਲਣਾ ਚੱਲਦਾ ਹੋਏ ਬੱਚਿਆਂ ਦੀ ਬੜੀ ਆਮਦ ਹੁੰਦੀ, ਕਿਉਂਕਿ ਬੱਚੇ ਗੰਨੇ ਚੂਪਣ ਦੇ ਸ਼ੌਕੀਨ ਹੁੰਦੇ ਨੇ, ਬੱਚੇ ਰੋਹ ਪੀਂਦੇ ਨੇ, ਬੱਚਾ ਗਰਮ ਗਰਮ ਗੁੜ ਖਾਂਦੇ ਨੇ। ਉਹਨਾਂ ਮਹਾਂਪੁਰਸ਼ਾਂ ਨੇ ਆਖਿਆ, ਭੋਜਨ ਛਕਾਉਣ ਵਾਲੇ ਆਦਮੀ, ਕੀ ਤੇਰੇ ਘਰ ਵਿੱਚ ਔਲਾਦ ਕੋਈ ਨਹੀਂ? ਜਦੋਂ ਇਹ ਸ਼ਬਦ ਉਹਨਾਂ ਧਰਮਾਤਮਾ ਨੇ ਭਾਈ ਭਗਤਾ ਜੀ ਨਾਲ ਸਾਂਝੇ ਕੀਤੇ ਤੇ ਅੱਖਾਂ ਡੁੱਲ ਗਈਆਂ, ਅੱਖਾਂ ਵਿੱਚ ਆਂਸੂ ਆ ਗਏ। ਬੀਬੀ ਜਿਉਣੀ ਨੇ ਹੱਥ ਜੋੜ ਕੇ ਆਖਿਆ, ਪਰਮੇਸ਼ਰ ਦੀ ਨਜ਼ਦੀਕੀ ਪ੍ਰਾਪਤ ਕਰਨ ਵਾਲੇ ਮਹਾਂਪੁਰਸ਼ੋ, ਸਾਡੇ ਘਰ ਵਿੱਚ ਅਜੇ ਤੱਕ ਔਲਾਦ ਕੋਈ ਪੈਦਾ ਨਹੀਂ ਹੋਈ, ਜੇ ਬੱਚਾ ਹੁੰਦਾ ਤੇ ਵਾਕਈ ਖੂਹ ਤੇ ਆਉਂਦਾ, ਇਹ ਚੱਲਦੇ ਹੋਏ ਵੇਲਣੇ ਤੇ ਗੰਨੇ ਚੂਪਦਾ, ਰੋਹ ਪੀਂਦਾ, ਗੁੜ ਖਾਂਦਾ, ਪਰ ਭਾਗ ਨਹੀਂ ਲੱਗਾ। ਹੋਰ ਤਾਂ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ, ਪਰ ਮੇਰੀ ਨਿਭਾਗਣ ਦੀ ਕੁੱਖ ਨਹੀਂ ਹਰੀ ਹੋਈ। ਭਾਈ ਭਗਤੇ ਦੀ ਧਰਮ ਪਤਨੀ ਬੀਬੀ ਜਿਉਣੀ ਨੇ ਮਹਾਂਪੁਰਸ਼ਾਂ ਦੇ ਸਾਹਮਣੇ ਬੇਨਤੀ ਕੀਤੀ ਤੇ ਤੁਰਨ ਲੱਗੇ। ਮਹਾਂਪੁਰਸ਼ ਇੱਕ ਅਰਦਾਸ ਕਰ ਗਏ, ਤੁਸੀਂ ਸਾਨੂੰ ਭੋਜਨ ਛਕਾਇਆ, ਅਸੀਂ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਤੁਹਾਡੇ ਘਰ ਵਿੱਚ ਇੱਕ ਐਸਾ ਦੀਪ ਜਗੇਗਾ ਜਿਹੜਾ ਤੁਹਾਡਾ ਸੰਸਾਰ ਭਰ ਵਿੱਚ ਨਾਮ ਰੋਸ਼ਨ ਕਰੇਗਾ। ਇਹ ਸ਼ਬਦ ਕਹਿ ਕੇ ਧਰਮਾਤਮਾ ਆਪਣਾ ਰਸਤਾ ਪਕੜ ਕੇ ਤੁਰ ਪਏ। ਉਹ ਕਿੱਥੋਂ ਆਏ ਸਨ ਤੇ ਕਿੱਥੇ ਗਏ, ਇਤਿਹਾਸ ਇਸ ਪੱਖ ਤੋਂ ਨਾਵਾਕਫ ਹੈ। ਸਮਾਂ ਆਪਣੀ ਚਾਲ ਚੱਲਦਾ ਗਿਆ, ਦੰਪਤੀ ਜੋੜੀ ਨੇ ਆਪਣਾ ਜੀਵਨ ਗੁਜ਼ਾਰਨਾ ਸ਼ੁਰੂ ਕੀਤਾ, ਕਿਰਤ ਵਿੱਚ ਜੁੜੇ ਰਹੇ, ਨਿਰੰਕਾਰ ਦੀ ਯਾਦ ਵਿੱਚ ਜੁੜੇ ਰਹੇ, ਵਾਹਿਗੁਰੂ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੇ। ਸਮੇਂ ਨਾਲ ਜਿਉਣੀ ਦੀ ਕੁੱਖ ਨੂੰ ਭਾਗ ਲੱਗਾ, ਮਹਾਂਪੁਰਸ਼ਾਂ ਦੇ ਬੋਲਾਂ ਉੱਤੇ ਯਕੀਨ ਸੀ, ਸਮੇਂ ਨਾਲ ਬੀਬੀ ਜਿਉਣੀ ਦੀ ਕੁੱਖ ਨੂੰ ਭਾਗ ਲੱਗਾ। ਭਾਗ ਲੱਗਣ ਤੋਂ ਬਾਅਦ ਠੀਕ 26 ਜਨਵਰੀ
1682 ਈਸਵੀ ਦੀ ਟਲੀ ਹੋਈ ਰਾਤ ਤੋਂ ਬਾਅਦ ਬੀਬੀ ਜਿਉਣੀ ਦੀ ਕੁੱਖ ਤੋਂ ਮਹਾਂਪੁਰਸ਼ਾਂ ਦੀ ਕੀਤੀ ਹੋਈ ਅਰਦਾਸ ਮੁਤਾਬਕ ਉਸ ਬੱਚੇ ਨੇ ਲਿਆ ਜਨਮ। ਜਦੋਂ ਉਸ ਬੱਚੇ ਨੇ ਜਨਮ ਲਿਆ ਤੇ ਮਹਾਂਪੁਰਸ਼ਾਂ ਦੇ ਕਹੇ ਹੋਏ ਬੋਲ ਯਾਦ ਆਏ, ਤੁਸੀਂ ਸਾਨੂੰ ਭੋਜਨ ਛਕਾ ਕੇ ਸੇਵਾ ਕੀਤੀ ਹੈ, ਤੁਹਾਡੇ ਘਰ ਵਿੱਚ ਇੱਕ ਐਸਾ ਦੀਪ ਜਗੇਗਾ ਜਿਹੜਾ ਤੁਹਾਡਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰੇਗਾ। ਵਿਚਾਰ ਬਣਾਈ ਗਈ ਵੀ ਮਹਾਂਪੁਰਸ਼ਾਂ ਦੀ ਅਰਦਾਸ ਮੁਤਾਬਕ ਇਸ ਬੱਚੇ ਨੇ ਜਨਮ ਲਿਆ ਤੇ ਉਹਨਾਂ ਨੇ ਕਿਹਾ ਅਸੀਂ ਦੀਪ ਜਗੇਗਾ ਕਿ ਉਹਨਾਂ ਇਸ ਬੱਚੇ ਦਾ ਨਾਮ ਦੀਪ ਰੱਖ ਦਿੱਤਾ ਜਾਵੇ। ਉਸ ਬੱਚੇ ਦਾ ਨਾਮ ਦੀਪ ਰੱਖਿਆ ਗਿਆ, ਉਹਦੀ ਪਾਲਣਾ ਪੋਸ਼ਣਾ ਕੀਤੀ ਗਈ। ਉਸ ਬੱਚੇ ਦੀ ਆਮਦ ਉੱਤੇ ਰੱਜ ਕੇ ਖਰਾਤਾਂ ਵੰਡੀਆਂ ਗਈਆਂ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਗਈਆਂ। ਕਿਰਤੀ ਸਿੱਖ ਦੇ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਬਾਕੀ ਨਹੀਂ ਸੀ, ਪੁੱਤਰ ਦੀ ਕਮੀ ਸੀ, ਉਸਦੀ ਆਮਦ ਹੋ ਗਈ ਤੇ ਪ੍ਰਸੰਨਤਾ ਵਿੱਚ ਆ ਕੇ ਧਨ ਲਟਾਇਆ ਗਿਆ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਤੇ ਬੱਚੇ ਨੂੰ ਪਾਲਣਾ ਸ਼ੁਰੂ ਕਰ ਦਿੱਤਾ। ਸਮਾਂ ਆਪਣੀ ਚਾਲ ਚੱਲਦਾ ਗਿਆ, ਇਹ ਦੀਪ ਵੱਧਦਾ ਫੁੱਲਦਾ ਗਿਆ। ਕਦੇ ਮਾਪਿਆਂ ਦੀਆਂ ਗੋਦਾਂ ਵਿੱਚ ਲੋਰੀਆਂ ਲੈਂਦਾ ਰਿਹਾ, ਫਿਰ ਇਹਨੇ ਰਿੜਨਾ ਸਿੱਖਿਆ, ਫਿਰ ਤੁਰਨਾ ਸਿੱਖਿਆ, ਫਿਰ ਇਹ ਪਿੰਡ ਦੀਆਂ ਗਲੀਆਂ ਵਿੱਚ ਚੱਕਰ ਲਾਉਣੇ ਸ਼ੁਰੂ ਕੀਤੇ। ਖੇਡਾਂ ਖੇਡਦਾ ਰਿਹਾ, ਪਰ ਸਿੱਖੀ ਨਾਲ ਪਿਆਰ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ, ਦੀਪ ਹੋ ਗਿਆ 17 ਸਾਲਾਂ ਦਾ ਦੀਪ ਹੋ ਗਿਆ ਤੇ ਇਲਾਕੇ ਦੀ ਸੰਗਤ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮਨਾਮੇ ਇਲਾਕੇ ਵਿੱਚ ਹੋਏ ਆਏ ਨੇ। 1699 ਦੀ ਵਿਸਾਖੀ ਉੱਤੇ ਵਿਸ਼ੇਸ਼ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਜਾਂਦਾ ਵੀ ਇੱਥੇ ਇਕੱਠ ਕੀਤਾ ਜਾਵੇ। ਮਹਾਰਾਜ ਦੀ ਆਗਿਆ ਪਾ ਕੇ ਦੂਰ ਦੁਰਾਡੇ ਤੋਂ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਵਸਦੇ ਸਨ, ਮਹਾਰਾਜ ਜੀ ਦੇ ਹੁਕਮਾਂ ਮੁਤਾਬਕ ਕਾਫਲਿਆਂ ਦੇ ਰੂਪ ਵਿੱਚ ਘਰਾਂ ਵਿੱਚੋਂ ਭੇਟਾਵਾਂ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ। ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਪਹੁ ਪਿੰਡ ਦੇ ਪਰਗਣੇ ਵਿੱਚੋਂ ਹੀ ਕੁਝ ਗੁਰਸਿੱਖਾਂ ਨੇ ਮਹਾਰਾਜ ਜੀ ਦੇ ਹੁਕਮ ਮੁਤਾਬਕ ਉੱਥੇ ਜਾਣ ਵਾਸਤੇ ਘਰਾਂ ਵਿੱਚੋਂ ਜਿੰਨਾ ਕੁ ਧਨ ਪਦਾਰਥ ਸੀ ਗੱਡਿਆਂ ਤੇ ਲੱਦਿਆ ਤੇ ਮਹਾਰਾਜ ਦੇ ਦੀਦਾਰ ਕਰਨ ਲਈ ਗਏ। ਸੱਚੇ ਪਾਤਸ਼ਾਹ ਨੇ 1699 ਈਸਵੀ ਦੀ ਵਿਸਾਖੀ ਨੂੰ ਅਮਰ ਦੀ ਦਾਤ ਬਖਸ਼ ਕੇ ਆਪੇ ਗੁਰਚੇਲਾ ਹੋਣ ਦਾ ਮਹਾਰਾਜ ਨੇ ਮਾਣ ਬਖਸ਼ਿਆ ਤੇ ਪਹੁਵਿੰਡ ਪਿੰਡ ਦੇ ਨਜ਼ਦੀਕ ਤੇ ਪਿੰਡ ਦੇ ਕੁਝ ਲੋਕਾਂ ਨੇ ਅਮਰ ਦੀ ਦਾਤ ਪ੍ਰਾਪਤ ਕੀਤੀ। ਜਦੋਂ ਅਮਰ ਛਕ ਕੇ ਘਰ ਆਏ, ਮੈਂ ਬੇਨਤੀ ਕਰ ਦੇਵਾਂ ਜਿੰਨੇ ਅਮਰ ਛਕਿਆ ਹੋਏ, ਜਿਹਨੇ ਦਮਾਲਾ ਚਲਾਇਆ ਹੋਏ, ਜਿਹਦੀ ਢਾਕ ਤੇ ਸ੍ਰੀ ਸਾਹਿਬ ਲਟਕਦੀ ਹੋਏ, ਜਰਾ ਗਹੋ ਨਾਲ ਵੇਖਿਓ ਕਿਸੇ ਤਿਆਰ ਬਰਸ ਤਿਆਰ ਸਿੰਘ ਨੂੰ, ਤੁਹਾਨੂੰ ਇੰਜ ਮਹਿਸੂਸ ਹੋਵੇਗਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜਾਂਦੇ ਹੋਣ, ਜਿਵੇਂ ਕਿਸੇ ਦੇਸ਼ ਦਾ ਬਾਦਸ਼ਾਹ ਜਾ ਰਿਹਾ ਹੋਵੇ। ਇਹ ਮਹਾਰਾਜ ਨੇ ਜਦੋਂ ਸੰਪੂਰਨ ਬਾਣਾ ਬਖਸ਼ਿਆ ਤੇ ਦੀਪ ਦੇ ਪਿੰਡ ਜਦੋਂ ਕੁਝ ਲੋਕ ਅਮਰ ਛਕ ਕੇ ਆਏ, ਜਦੋਂ ਬਾਣਾ ਵੇਖਿਆ ਤੇ ਦੀਪ ਨੇ ਆਪਣੇ ਮਾਪਿਆਂ ਨਾਲ ਜਿੱਦ ਕੀਤੀ ਵੀ ਮੈਂ ਵੀ ਅਮਰ ਦੀ ਦਾਤ ਲੈ। ਮਾਪਿਆਂ ਨੇ ਬੜੇ ਪਿਆਰ ਨਾਲ ਸਮਝਾਇਆ, ਦੀਪ ਆਉਂਦੀ ਵਿਸਾਖੀ ਨੂੰ ਕਾਫਲੇ ਦੇ ਨਾਲ ਆਪਾਂ ਵੀ ਮਹਾਰਾਜ ਦੇ ਦੀਦਾਰ ਕਰਨ ਲਈ ਜਾਵਾਂਗੇ। ਜਦੋਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਾਂਗੇ, ਹਜ਼ੂਰ ਨੂੰ ਬੇਨਤੀ ਕਰਾਂਗੇ ਅਮਰ ਦੀ ਦਾਤ ਲੈ ਕੇ ਆਪਾਂ ਵੀ ਸਿੰਘ ਸਾਜ ਜਾਵਾਂਗੇ, ਉਦੋਂ ਤੂੰ ਹੀ ਅਮਰ ਦੀ ਦਾਤ ਪ੍ਰਾਪਤ ਕਰ ਲੈਣੀ। ਬੜੀ ਸ਼ਿੱਦਤ ਨਾਲ, ਬੜੀ ਭਾਵਨਾ ਨਾਲ ਇੱਕ ਸਾਲ ਦੀਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੋਂ ਅਮਰ ਦੀ ਦਾਤ ਪ੍ਰਾਪਤ ਕਰਨ ਵਾਸਤੇ ਤਰਲੇ ਲੈਂਦਾ ਰਿਹਾ। ਉਹਦੀ ਭਾਵਨਾ ਸੀ, ਉਡੀਕ ਕਰਦਾ ਰਿਹਾ ਕਦੋਂ ਭਾਗਾਂ ਵਾਲੀ ਵਿਸਾਖੀ ਆਵੇ, ਕਦੋਂ ਮੈਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਨਾਦੀ ਪੁੱਤਰ ਬਣ। ਸਮਾਂ ਆਪਣੇ ਵਕਤ ਨਾਲ ਵਿਆਜਦਾ ਗਿਆ ਤੇ ਉਹ ਦਿਨ ਆ ਗਏ। ਮਾਪਿਆਂ ਨੇ ਘਰ ਵਿੱਚੋਂ ਕੁਝ ਅਨਾਜ ਗੱਡੇ ਤੇ ਲੱਦਿਆ, ਕੁਝ ਧਨ ਇਕੱਠਾ ਕੀਤਾ, ਕੁਝ ਵਸਤਰ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਕਰਨ ਲਈ ਲਏ। ਇਲਾਕੇ ਦੇ ਰੂਪ ਸਾਰੀ ਸੰਗਤ ਨੇ ਕਾਫਲੇ ਦੇ ਰੂਪ ਵਿੱਚ ਮਹਾਰਾਜ ਦੇ ਦੀਦਾਰਿਆਂ ਲਈ ਤਿਆਰੀ ਕੀਤੀ। ਭਾਈ ਭਗਤਾ ਦੀ ਮਾਤਾ ਜਿਉਣੀ ਤੇ ਦੀਪ ਵੀ ਤਿਆਰ ਹੋ ਗਿਆ। ਇਹ ਸਾਰਾ ਕਾਫਲਾ ਮਹਾਰਾਜ ਦੇ ਦੀਦਾਰ ਕਰਨ ਲਈ ਵਾਧਾ ਜਾਂਦਾ ਹੈ। ਹਜ਼ੂਰ ਦੀ ਸ਼ਾਨ ਵਿੱਚ ਸ਼ਬਦ ਗਾਉਂਦਿਆਂ, ਗੁਰੂ ਨਾਨਕ ਦੀ ਬਾਣੀ ਗਾਉਂਦਿਆਂ ਇਹ ਕਾਫਲਾ ਚੱਲਦਾ ਚੱਲਦਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾ ਪਹੁੰਚਿਆ। ਹਜ਼ੂਰ ਦੀ ਆਗਿਆ ਪਾ ਕੇ ਅਮਰ ਦਾ ਬਾਟਾ ਤਿਆਰ ਹੋਇਆ। ਜਿੱਥੇ ਹੋਰਾਂ ਲੱਖਾਂ ਪ੍ਰਾਣੀਆਂ ਨੇ ਅਮਰ ਦੀ ਦਾਤ ਪ੍ਰਾਪਤ ਕੀਤੀ, ਉੱਥੇ ਦੀਪ ਨੂੰ ਵੀ ਅਮਰ ਦੀ ਦਾਤ ਮਿਲੀ। ਜਦੋਂ ਅਮਰ ਦੀ ਦਾਤ ਪ੍ਰਾਪਤ ਕੀਤੀ, ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚੋਂ ਦੀਪ ਦਾ ਨਾਮ ਪੰਜਾਂ ਪਿਆਰਿਆਂ ਨੇ ਦੀਪ ਸਿੰਘ ਰੱਖਿਆ। ਭਾਈ ਭਗਤਾ ਜੀ ਦਾ ਨਾਮ ਸਰਦਾਰ ਭਗਤ ਸਿੰਘ ਰੱਖਿਆ ਗਿਆ। ਅਮਰ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਬੀਬੀ ਜਿਉਣੀ ਜੀ ਜਿਉਣ ਕੌਰ ਬਣ ਗਏ। ਇਤਿਹਾਸ ਦੇ ਪੰਨੇ ਦੱਸਦੇ ਨੇ, ਕਿਉਂਕਿ ਅੱਜ ਵਰਗਾ ਸਮਾਂ ਨਹੀਂ ਸੀ, ਅੱਜ ਤਾਂ ਅਨੰਦਪੁਰ ਸਾਹਿਬ ਜਾਈਏ ਤੇ ਸ਼ਾਮ ਨੂੰ ਘਰ ਆ ਜਾਈਦਾ, ਉਦੋਂ ਗੱਡਿਆਂ ਤੇ ਲੋਕ ਜਾਂਦੇ ਸਨ, ਪੈਦਲ ਜਾਂਦੇ ਸਨ, ਕੁਝ ਦਿਨਾਂ ਲਈ ਮਹਾਰਾਜ ਦੀ ਸੰਗਤ ਕਰਨ ਵਾਸਤੇ ਵੀ ਲੋਕ ਉੱਥੇ ਰਹਿੰਦੇ ਸਨ, ਸੇਵਾਵਾਂ ਵੀ ਕਰਦੇ ਸਨ। ਕੁਝ ਸਮਾਂ ਪਹੁ ਪਿੰਡ ਦੇ ਇਲਾਕੇ ਦੀ ਸੰਗਤ ਮਹਾਰਾਜ ਦੇ ਦਰਬਾਰ ਵਿੱਚ ਰਹੀ ਤੇ ਸੱਚੇ ਪਾਤਸ਼ਾਹ ਦੇ ਹੁਕਮਾਂ ਮੁਤਾਬਕ ਸੇਵਾ ਕਰਦੇ ਰਹੇ। ਇਹ ਦੀਪ ਸਿੰਘ ਜੋ ਦੀਪ ਤੋਂ ਅਮਰ ਛਕ ਕੇ ਦੀਪ ਸਿੰਘ ਬਣਿਆ ਸੀ, ਮਹਾਰਾਜ ਦੇ ਲੰਗਰਾਂ ਵਿੱਚ ਭਾਂਡੇ ਬੜੀ ਰੀਝ ਨਾਲ ਮਾਂਜਦਾ। ਸਾਹਿਬ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਕਈ ਵਾਰੀ ਇਹਦੇ ਉੱਤੇ ਦ੍ਰਿਸ਼ਟੀ ਪਈ। ਭਾਂਡੇ ਤਾਂ ਅਨੇਕਾਂ ਲੋਕ ਮਾਂਜਦੇ ਨੇ ਲੰਗਰਾਂ ਦੇ, ਪਰ ਜਿਹੜੀ ਭਾਵਨਾ ਨਾਲ ਭਾਂਡਿਆ ਮਾਂਜਿਆ ਜਾਂਦਾ ਹੈ, ਜਿਉਂ ਜਿਉਂ ਮਨੁੱਖ ਲੰਗਰ ਦਾ ਜੂਠਾ ਬਰਤਨ ਮਾਂਜੇਗਾ, ਉਹਦੀ ਆਤਮਾ ਤੋਂ ਮੈਲ ਲੈਂਦੀ ਜਾਵੇਗੀ ਤੇ ਆਤਮਾ ਨਿਰਮਲ ਹੁੰਦੀ ਜਾਵੇਗੀ। ਬਾਣੀ ਤਾਂ ਅਨੇਕਾਂ ਲੋਕ ਗਾਉਂਦੇ ਨੇ, ਪਰ ਜੇ ਬਾਣੀ ਨੂੰ ਮਨ ਕਰਕੇ ਗਾਵਿਆ ਜਾਵੇ ਤੇ ਜਿੰਨਾ ਰਸ ਇਸ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ, ਸ਼ਾਇਦ ਕਿਸੇ ਹੋਰ ਦੁਨੀਆਂ ਦੀ ਵਸਤੂ ਵਿੱਚੋਂ ਪ੍ਰਾਪਤ ਨਹੀਂ ਹੁੰਦਾ। ਦੀਪ ਸਿੰਘ ਬੜੀ ਸ਼ਿੱਦਤ ਨਾਲ ਬਰਤਨ ਮਾਂਜਦਾ ਸੀ।
सचे पातशाह की कई बार ये उत्ते दृष्टि पै चुकी सी। महाराज ने विशेष तौर पर हुक्म कर दिता ये जिहड़ा दीप सिंह बड़ी रीझ नाल बर्तन मांजदा है सरबलो दे कौले साफ करदा है ਇਹ ਦੀਪ ਸਿੰਘ ਨੂੰ ਬਾਣੀ ਦੀ ਸੰਥਿਆ ਵੀ ਕਰਾਈ ਜਾਵੇ। ਬਾਣੀ ਦੀ ਸੰਥਿਆ ਕਰਾਈ ਗਈ। ਹੁਕਮ ਹੋਇਆ ਮਹਾਰਾਜ ਦਾ ਇਹਨੂੰ ਘੋੜ ਸਵਾਰੀ ਨੇਜੇਬਾਜ਼ੀ ਤੇ ਤੀਰ ਅੰਦਾਜ਼ੀ ਵੀ ਸਿਖਾਈ ਜਾਵੇ। ਸੱਚੇ ਪਾਤਸ਼ਾਹ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ। ਇਤਿਹਾਸ ਦੇ ਪੰਨਿਆਂ ਦੇ ਜ਼ਿਕਰ ਆਉਂਦਾ ਹੈ ਇਸ ਦੀਪ ਸਿੰਘ ਨਾਲ ਮਹਾਰਾਜ ਬਹੁਤ ਸੁਨੇਹ ਕਰਦੇ ਸਨ ਤੇ ਕਈ ਵਾਰੀ ਮਹਾਰਾਜ ਜਦੋਂ ਤਖ਼ਤ ਤੇ ਬਰਾਜਿਆ ਕਰਦੇ ਸਨ ਦੀਪ ਸਿੰਘ ਆਪਣੇ ਹੱਥ ਵਿੱਚ ਚੌਰ ਫੜ ਕੇ ਮਹਾਰਾਜ ਤੇ ਚੌਰ ਕਰਿਆ ਕਰਦਾ ਸੀ। ਸਾਹਿਬ ਕਲਗੀ ਵਾਲੇ ਪਾਤਸ਼ਾਹ ਦੇ ਉੱਤੇ ਮਿਹਰਬਾਨ ਸਨ। ਜਦੋਂ ਇਹਨੇ ਗੁਰੂ ਕੀ ਪਵਿੱਤਰ ਬਾਣੀ ਦੀ ਸੰਥਿਆ ਕਰ ਲਈ, ਜਦੋਂ ਇਹਨੇ ਨਿਤਨੇਮ ਦੀਆਂ ਬਾਣੀਆਂ ਯਾਦ ਕਰ ਲਈਆਂ, ਜਦੋਂ ਇਹ ਦੀਪ ਸਿੰਘ ਨੇ ਨੇਜਾ ਬਾਜੀ ਘੋੜ ਸਵਾਰੀ ਸਿੱਖ ਲਈ, ਉਦੋਂ ਇਹ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚੋਂ ਜਦੋਂ ਮਾਪਿਆਂ ਨੇ ਬੇਨਤੀ ਕੀਤੀ ਇਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਹਜ਼ੂਰ ਤੋਂ ਆਗਿਆ ਲੈ ਕੇ ਪਹੁਵਿੰਡ ਨਗਰ ਵਿੱਚ ਆ ਗਿਆ। ਇਹ ਆਉਂਦਾ ਨਹੀਂ ਸੀ ਮਹਾਰਾਜ ਦੇ ਕੋਲੋਂ। ਮਾਪਿਆਂ ਨੇ ਤਰਲਾ ਲਿਆ, ਇਕਲੌਤਾ ਬੇਟਾ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਜਦੋਂ ਜਦੋਂ ਹੁਕਮ ਕਰਿਆ ਕਰੋਗੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਕਰ ਦਿਆ ਕਰਾਂਗੇ। ਤੇ ਮਹਾਰਾਜ ਨੇ ਆਖਿਆ ਦੀਪ ਸਿੰਘਾ ਮਾਪਿਆਂ ਦੀ ਇਕਲੌਤੀ ਤੂੰ ਔਲਾਦ ਹੈ, ਜਦੋਂ ਸਾਨੂੰ ਲੋੜ ਪਵੇਗੀ ਤੈਨੂੰ ਯਾਦ ਕਰ ਲਿਆ ਕਰਾਂਗੇ, ਤੂੰ ਮਾਪਿਆਂ ਦੀ ਆਗਿਆ ਦਾ ਪਾਲਣ ਕਰਨਾ ਹੈ ਤੇ ਇਹਨਾਂ ਦੇ ਨਾਲ ਚੱਲ ਕੇ ਆਪਣੇ ਪਿੰਡ ਵਿੱਚ ਰਹਿਣਾ ਹੈ, ਜਿੱਥੇ ਕਿਰਤ ਕਰਨੀ ਹੈ ਉੱਥੇ। ਮਹਾਰਾਜ ਨੇ ਹੁਕਮ ਕੀਤਾ ਦੀਪ ਸਿੰਘਾ ਆਪਣੇ ਪਿੰਡ ਦੀ ਧਰਮਸ਼ਾਲਾ ਵਿੱਚ ਇਲਾਕੇ ਦੇ ਬੱਚਿਆਂ ਨੂੰ ਗੁਰੂ ਕੀ ਬਾਣੀ ਦੀ ਸੰਥਿਆ ਕਰਵਾਉਣੀ। ਮਹਾਰਾਜ ਨੇ ਹੁਕਮ ਕੀਤਾ ਨੌਜਵਾਨਾਂ ਨੂੰ ਨੇਜੇਬਾਜ਼ੀ ਤੇ ਗੱਤਕੇ ਦੇ ਯੌਰ ਸਿਖਾਉਣੇ। ਹਜ਼ੂਰ ਦੀ ਆਗਿਆ ਪਾ ਕੇ ਨਾ ਚਾਹੁੰਦਾ ਹੋਇਆ ਵੀ ਦੀਪ ਸਿੰਘ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ ਕਾਫਲੇ ਦੇ ਰੂਪ ਵਿੱਚ ਆਪਣੇ ਮਾਪਿਆਂ ਨਾਲ ਆਪਣੇ ਪਿੰਡ ਪਹੁਵਿੰਡ ਆ ਗਿਆ। ਹਜ਼ੂਰ ਦੀ ਆਗਿਆ ਮੁਤਾਬਕ ਜਿੱਥੇ ਦੀਪ ਸਿੰਘ ਧਰਮਸ਼ਾਲਾ ਵਿੱਚ ਗੁਰੂ ਕੀ ਪਵਿੱਤਰ ਬਾਣੀ ਦੀ ਇਲਾਕੇ ਤੇ ਨਗਰ ਦੇ ਬੱਚਿਆਂ ਨੂੰ ਸੰਥਿਆ ਦਿੰਦੇ ਰਹੇ, ਉਹ ਗੁਰਦੁਆਰਾ ਅੱਜ ਵੀ ਉੱਥੇ ਮੌਜੂਦ। ਬਾਬਾ ਦੀਪ ਸਿੰਘ ਸਾਹਿਬ ਜੀ ਇਲਾਕੇ ਦੇ ਨੌਜਵਾਨਾਂ ਨੂੰ ਘੋੜ ਸਵਾਰੀ, ਨੇਜੇਬਾਜ਼ੀ ਤੇ ਗੱਤਕੇ ਤੇ ਭਲੱਥੇ ਦੇ ਯੌਰ ਸਿਖਾਉਂਦੇ ਰਹੇ, ਇਹ ਮਹਾਨ ਕਰਮ ਕਰਦੇ ਰਹੇ। ਸੱਚੇ ਪਾਤਸ਼ਾਹ ਦੇ ਕਈ ਵਾਰ ਦੀਪ ਸਿੰਘ ਨੂੰ ਦੀਦਾਰ ਕਰਨ ਦਾ ਮੌਕਾ ਮਿਲਦਾ ਰਿਹਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਅਨੰਦਪੁਰ ਸਾਹਿਬ ਨੂੰ ਛੱਡ ਕੇ ਮਹਾਰਾਜ ਜੰਗ ਚਮਕੌਰ ਲੜ ਕੇ ਮਾਲਵੇ ਦੀ ਧਰਤੀ ਵਿੱਚੋਂ ਦੀ ਵਿਚਰਦੇ ਹੋਏ ਖਦਰਾਣੇ ਦੀ ਢਾਬ ਦੀ ਜੰਗ ਲੜ ਕੇ ਮਹਾਰਾਜ ਜੀ ਜਦੋਂ ਸਾਬੋ ਕੀ ਤਲਵੰਡੀ ਆਈ ਤਾਂ ਆਏ ਤੇ ਮਹਾਰਾਜ ਨੇ ਕਿਹਾ ਸੀ ਦੀਪ ਸਿੰਘਾ ਜਦੋਂ ਸਾਨੂੰ ਤੇਰੀ ਜ਼ਰੂਰਤ ਹੋਵੇਗੀ ਅਸੀਂ ਤੈਨੂੰ ਬੁਲਾ ਲਿਆ ਕਰਾਂ। ਸੱਚੇ ਪਾਤਸ਼ਾਹ ਨੂੰ ਦੀਪ ਸਿੰਘ ਦੀ ਯਾਦ ਆਈ, ਮਹਾਰਾਜ ਨੇ ਪੈਗਾਮ ਭੇਜਿਆ। ਇਹ ਬਾਬਾ ਦੀਪ ਸਿੰਘ ਜੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਆਗਿਆ ਪਾ ਕੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਾ ਪਹੁੰਚੇ। ਇੱਥੇ ਮਹਾਰਾਜ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਤੇ ਜਿਹੜੀ ਦਮਦਮਾ ਸਾਹਿਬ ਵਾਲੀ ਬੀੜ ਹੈ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਉਸ ਦੀ ਰਚਨਾ ਕਰਦੇ ਰਹੇ। ਇਤਿਹਾਸ ਦੇ ਪੰਨੇ ਦੱਸਦੇ ਨੇ ਮਹਾਰਾਜ ਜੀ ਇੱਥੋਂ ਨਦੇੜ ਵੱਲੇ ਰਵਾਨਗੀ ਪਾ ਕੇ ਚਲੇ ਗਏ ਤੇ ਤਖਤ ਦੀ ਜ਼ਿੰਮੇਵਾਰੀ ਇਸ ਬਾਬਾ ਦੀਪ ਸਿੰਘ ਨੂੰ ਸੌਂਪ ਗਏ। ਸਮਾਂ ਆਪਣੀ ਚਾਲ ਚੱਲਦਾ ਗਿਆ। ਮਹਾਰਾਜ ਜੀ ਨਦੇੜ ਦੀ ਧਰਤੀ ਤੇ ਜਾ ਪਹੁੰਚੇ, ਉੱਥੇ ਸਤਿਗੁਰੂ ਸ਼ਹੀਦ ਹੋ ਗਏ ਤੇ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਨੇ ਜੋ ਪਿੰਡ ਵਿੱਚ ਹਜ਼ੂਰ ਦੇ ਹੁਕਮਾਂ ਦੀ ਪਾਲਣਾ ਕਰਦਾ ਸੀ ਉਹੀ ਹੁਕਮ ਲਾਗੂ ਕਰਕੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਿਹਨੂੰ ਮਹਾਰਾਜ ਨੇ ਗੁਰੂ ਕੀ ਕਾਸ਼ੀ ਦਾ ਮਾਣ ਬਖਸ਼ਿਆ, ਉੱਥੇ ਗੁਰੂ ਕੇ ਸਿੱਖਾਂ ਨੂੰ ਕਥਾ ਸਿਖਾਉਂਦੇ ਨੇ, ਗੁਰੂ ਕੀ ਬਾਣੀ ਦੀ ਸੰਥਿਆ ਕਰਾਉਂਦੇ ਨੇ, ਘੋੜ ਸਵਾਰੀ ਸਿਖਾਉਂਦੇ। 500 ਦੇ ਕਰੀਬ ਸਿੱਖ ਬਾਬਾ ਜੀ ਦੀ ਸ਼ਰਨ ਵਿੱਚ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਰਹਿੰਦੇ ਨੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭੇਜੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਨੂੰ ਫਤਿਹ ਕਰਨ ਲਈ ਆਏ ਨੇ ਨਾ, ਉਦੋਂ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਕਮਨਾਮੇ ਮਿਲੇ। ਸਰਦਾਰ ਬਾਜ ਸਿੰਘ ਪੱਟੀ ਵਾਲੇ, ਭਾਈ ਬਹਾਦਰ ਸਿੰਘ ਜੀ ਖੇਮ ਕਰਨ ਵਾਲੇ, ਔਰ ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਤਾਰਾ ਸਿੰਘ ਵਾਂ, ਸਰਦਾਰ ਗੁਰਬਖਸ਼ ਸਿੰਘ ਲੀਲ ਕਲਾਂ ਵਾਲੇ, ਇਹ ਮਹਾਂਬਲੀ ਸੂਰਮੇ ਉਹਨਾਂ ਹੁਕਮਨਾਮਿਆਂ ਨੂੰ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਵਾਸਤੇ ਤੁਰੇ। ਆਪਾਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹਦੇ ਹਾਂ। ਰੋਪੜ ਦੇ ਲਾਗੇ ਜਿਹੜੀ ਜੰਗ ਹੋਈ, ਉਹ ਜੰਗ ਵਿੱਚੋਂ ਮਲੇਰਕੋਟਲੀਆਂ ਨੂੰ ਸ਼ਿਰਕਤ ਦੇ ਕੇ ਸਿੰਘ ਜਦੋਂ ਬਨੂੜ ਦੀ ਧਰਤੀ ਤੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ, ਉਹਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਵੀ ਸਨ। ਅਨੇਕਾਂ ਜੰਗਾਂ ਬਾਬਾ ਜੀ ਨੇ ਲੜੀਆਂ, ਜਿਹਦੀ ਸਟੱਡੀ ਕਰ ਰਹੇ ਹਾਂ ਤੇ ਸਮੇਂ ਨਾਲ ਉਹ ਤੁਹਾਡੀ ਸੇਵਾ ਵਿੱਚ ਵਰਣਨ ਕਰਦੇ ਰਹਾਂਗੇ। ਇਹ ਬਾਬਾ ਦੀਪ ਸਿੰਘ ਸਾਹਿਬ ਜੀ ਕੌਮ ਉੱਤੇ ਕੋਈ ਮੁਸ਼ਕਲ ਆਉਂਦੀ ਸੀ ਅੱਗੇ ਹੋ ਕੇ ਲੜਦੇ ਰਹੇ। ਜਿੰਨੀਆਂ ਜੰਗਾਂ ਲਗਭਗ ਬਾਬਾ ਬੰਦਾ ਸਿੰਘ ਬਹਾਦਰ ਨੇ ਲੜੀਆਂ, ਉਹਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਦੇ ਥੱਲੇ ਅਗਵਾਈ ਕਰਨ ਵਾਲੇ ਸਿੱਖ ਜਿਹੜੇ ਸਨ ਮੋਹਰੀ ਹੋ ਕੇ ਲੜਦੇ ਸਨ, ਇਹਨਾਂ ਨੂੰ ਸ਼ਹੀਦਾਂ ਦਾ ਜਥਾ ਕਿਹਾ ਜਾਂਦਾ ਸੀ। ਤੋ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਹਜ਼ੂਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਇੱਥੇ ਮਹਾਰਾਜ ਜੀ ਕਲਮ ਚਲਾ ਕੇ ਦਮਦਮਾ ਸਾਹਿਬ ਦੀ ਬੀੜ ਦੇ 4 ਉਤਾਰੇ ਕੀਤੇ ਔਰ ਅੱਗੇ ਵੀ ਮਹਾਰਾਜ ਜੀ ਦੀ ਆਗਿਆ ਮੁਤਾਬਕ ਇਹ ਬੀੜਾਂ ਲਿਖ ਰਹੇ ਸਨ। ਉਧਰੋਂ ਅਬਦਾਲੀ ਦਾ ਭੇਜਿਆ ਹੋਇਆ ਜਹਾਨ ਖਾਨ, ਜਿਹਨੇ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਆਣ ਕਬਜ਼ਾ ਕੀਤਾ। ਮੈਂ ਬੇਨਤੀ ਕਰ ਦਵਾਂ, ਹਰ ਕੌਮ ਕੋਲ ਅਹਿਲੇ ਮੁਕਾਮ, ਅਹਿਲੇ ਕੁਰਾਨ ਅਤੇ ਅਹਿਲੇ ਨਿਸ਼ਾਨ ਹੋਣਾ ਲਾਜ਼ਮੀ। ਜਿਹੜੀ ਕੌਮ ਕੋਲ ਅਹਿਲੇ ਮੁਕਾਮ, ਅਹਿਲੇ ਕੁਰਾਨ ਅਤੇ ਅਹਿਲੇ ਨਿਸ਼ਾਨ ਨਹੀਂ, ਉਹ ਕੌਮ ਦੁਨੀਆਂ ਵਿੱਚ ਆਪਣੀ ਦਿੱਖ ਦਾ ਪ੍ਰਗਟਾਵਾ ਨਹੀਂ ਕਰ ਸਕਦੀ।
ਐਲੇ ਹੁਕਮ ਤੋਂ ਭਾਵ ਹੈ ਕੌਮ ਦਾ ਸਾਂਝਾ ਤੀਰਥ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਅੰਮ੍ਰਿਤਸਰ ਦੀ ਨਗਰੀ ਵਸਾਈ ਉੱਥੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਦੀ ਉਸਾਰੀ ਕਰਕੇ ਕੌਮ ਨੂੰ ਐਲੇ ਮੁਕਾਮ ਬਖਸ਼ਿਆ, ਕੌਮ ਨੂੰ ਸਾਂਝਾ ਤੀਰਥ ਬਖਸ਼ਿਆ। ਲੋੜ ਸੀ ਐਲੇ ਕੁਰਾਨ ਦੀ, ਜਿਵੇਂ ਇਸਲਾਮੀ ਧਰਮ ਵਿੱਚ ਉਹਨਾਂ ਦਾ ਕੁਰਾਨ ਸ਼ਰੀਫ ਹੈ, ਬਾਈਬਲ ਹੈ, ਈਸਾਈਆਂ ਦਾ ਹੋਰ ਧਰਮਾਂ ਦੇ ਧਾਰਮਿਕ ਗ੍ਰੰਥ ਨੇ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਬੀੜ ਦਾ ਇਸ ਬਾਦਨਾ ਕਰਾ ਕੇ ਹਜ਼ੂਰ ਨੇ ਕੌਮ ਨੂੰ ਐਲੇ ਕੁਰਾਨ ਬਖਸ਼ੀ। ਫਿਰ ਵਾਰੀ ਆਈ ਐਲੇ ਨਿਸ਼ਾਨ ਦੀ, ਮੀਰੀ ਪੀਰੀ ਦੇ ਮਾਲਕ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨ ਤੋਂ ਬਾਅਦ ਕੌਮ ਨੂੰ ਐਲੇ ਨਿਸ਼ਾਨ ਵੀ ਬਖਸ਼ਿਆ। ਇੱਕ ਨਹੀਂ ਦੋ ਨਿਸ਼ਾਨ ਬਖਸ਼ੇ ਜਿਨ੍ਹਾਂ ਨੂੰ ਅਸੀਂ ਮੀਰੀ ਅਤੇ ਪੀਰੀ ਦੇ ਨਿਸ਼ਾਨ ਰੱਖਦੇ। ਯਾਦ ਰੱਖਣਾ, ਜਿਹੜੀ ਕੌਮ ਦਾ ਕੋਈ ਸਾਂਝਾ ਤੀਰਥ ਹੈ, ਜਿਹੜਾ ਕੌਮ ਦਾ ਕੋਈ ਐਲੇ ਮੁਕਾਮ ਹੈ, ਜੇ ਕਿਸੇ ਦੇਸ਼ ਦੀ ਅਮੀਰੀ ਵੇਖਣੀ ਹੋਵੇ ਤਾਂ ਦਾਨਿਸ਼ਮੰਦ ਕਹਿੰਦੇ ਉਹਨਾਂ ਦੀ ਕਰੰਸੀ ਚੱਕ ਲੈਣਾ। ਜਿੰਨੀ ਕਰੰਸੀ ਵੱਡੀ ਹੋਵੇਗੀ ਉਹਨਾਂ ਉਹ ਦੇਸ਼ ਅਮੀਰ ਹੋਵੇਗਾ। ਕਿਸੇ ਕੌਮ ਦਾ ਗੈਰਥ ਅਤੇ ਅਣਖ ਵੇਖਣੀ ਹੋਏ, ਅਣਖੀ ਲੋਕ ਉਹਨਾਂ ਦੀ ਧੀ ਭੈਣ ਵੱਲੇ ਕੋਈ ਉਂਗਲੀ ਉਠਾਵੇ ਅਤੇ ਉਠਾਈ ਹੋਈ ਉਂਗਲੀ ਕੱਟ ਦਿੰਦੇ। ਕਿਸੇ ਕੌਮ ਦਾ ਧਰਮ ਵੇਖਣਾ ਹੋਵੇ, ਉਹਦੇ ਧਾਰਮਿਕ ਤੀਰਥ ਉੱਤੇ ਕੋਈ ਛੇੜਛਾੜ ਕਰੇ, ਕੌਮਾਂ ਤਲਵਾਰਾਂ ਬੇਮਿਆਨ ਕਰਕੇ ਉਹਨਾਂ ਦਾ ਸਿਰ ਵੱਢ ਕੇ ਨੇਜੇ ਦੇ ਕੱਢ ਕੇ ਲੈ ਜਾਇਆ ਕਰਦੀਆਂ, ਇਹ ਅਣਖੀ ਲੋਕ ਆਪਣੇ ਧਰਮ ਤੋਂ ਆਪਾਂ ਕੁਰਬਾਨ ਕਰ ਦਿੰਦੇ। ਉਹੀ ਹਰਿਮੰਦਰ ਸਾਹਿਬ, ਉਸ ਹਰਿਮੰਦਰ ਸਾਹਿਬ ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਉਸਾਰਿਆ, ਉਹਦੇ ਦੇ ਅਬਦਾਲੀ ਦੇ ਭੇਜੇ ਹੋਏ ਜਹਾਨ ਖਾਨ ਨੇ ਕਬਜ਼ਾ ਕਰ ਲਿਆ। ਕਦੇ ਅਕਾਲ ਤਖਤ ਸਾਹਿਬ ਤੋਂ ਤਲਵਾਰਾਂ ਉੱਡਦੀਆਂ ਸਨ, ਬਾਬਾ ਗੁਰਬਖਸ਼ ਸਿੰਘ ਜੀ ਲੀਲ ਕਲਾਂ ਵਾਲੇ ਉਹਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਏ। ਸਤਿਕਾਰਯੋਗ ਖਾਲਸਾ ਜੀ, ਜਹਾਨ ਖਾਨ ਨੇ ਸੰਪੂਰਨ ਰੂਪ ਵਿੱਚ ਕਬਜ਼ਾ ਕਰ ਲਿਆ। ਸਰੋਵਰ ਪੂਰ ਕੇ ਉਹਦੇ ਵਿੱਚ ਮਿੱਟੀ ਸੁੱਟ ਕੇ, ਲਿੱਧ ਸੁੱਟ ਕੇ ਘੋੜਿਆਂ ਦੀ ਜੌਂ ਉਗਾ ਦਿੱਤੇ ਅਤੇ ਸਿੱਖਾਂ ਦਾ ਆਉਣਾ ਜਾਣਾ ਬੰਦ ਹੋ ਗਿਆ। ਸਾਂਝੇ ਤੀਰਥ ਨਾਲੋਂ, ਜਾਣੀ ਐਲੇ ਮੁਕਾਮ ਨਾਲੋਂ ਕੌਮ ਨੂੰ ਸਮੁੱਚੇ ਰੂਪੇ ਤੋੜ ਦਿੱਤਾ ਗਿਆ। ਇੱਕ ਦੁਖੀ ਆਤਮਾ ਜਿਹਨੂੰ ਇਸ ਗੱਲ ਦਾ ਪਤਾ ਲੱਗਾ, ਅਸੀਂ ਅਰਦਾਸ ਕਰਦੇ ਹਾਂ ਅੰਮ੍ਰਿਤਸਰ ਦੇ ਝੰਡੇ ਬੁੱਗੇ ਜੁਗੋ ਜੁਗ ਅਟਲ ਕਰਨੇ। ਜਦੋਂ ਸਿੱਖ ਦੇ ਇਹ ਝੰਡੇ ਬੁੱਗੇ ਅਟਲ ਨਾ ਹੋਣ, ਸਿੱਖ ਦੀ ਆਤਮਾ ਦੁਖਦੀ ਏ। ਦੁਖਦੀ ਹੋਈ ਆਤਮਾ ਵਾਲਾ ਸਿੱਖ ਚੱਲਦਾ ਚੱਲਦਾ ਸਿੰਘਾਂ ਦੀ ਭਾਲ ਕਰਦਾ ਹੋਇਆ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਜਾ ਪਹੁੰਚਾ। ਜਾ ਬਾਬਾ ਦੀਪ ਸਿੰਘ ਸਾਹਿਬ ਨਾਲ ਫਤਿਹ ਬੁਲਾਈ, ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ ਹੋਇਆ ਸੀ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸਿੰਘ ਨੇ ਖੜ੍ਹੇ ਹੋ ਕੇ ਆਖਿਆ, ਕੌਮ ਦੇ ਜਥੇਦਾਰੋ, ਹਰਿਮੰਦਰ ਸਾਹਿਬ ਉੱਤੇ ਜਹਾਨ ਖਾਨ ਨੇ ਕਬਜ਼ਾ ਕਰ ਲਿਆ, ਅਕਾਲ ਤਖਤ ਸਾਹਿਬ ਉੱਤੇ ਉਹਦੀਆਂ ਫੌਜਾਂ ਬੈਠੀਆਂ ਨੇ, ਸਰੋਵਰ ਪੂਰਿਆ ਜਾ ਰਿਹਾ, ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ ਜਾ ਰਹੀ ਹੈ, ਕਾਹਦਾ ਸਿੱਖ ਹੈ ਜਿਹੜਾ ਉਹਦੇ ਧਰਮ ਨਾਲ ਕੋਈ ਛੇੜਛਾੜ ਕਰਦਾ ਅਤੇ ਉਹਦੀ ਤਲਵਾਰ ਹੀ ਨਹੀਂ ਉੱਠਦੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਹੱਥ ਵਿੱਚ ਫੜੀ ਹੋਈ ਕਲਮ ਰੱਖ ਦਿੱਤੀ, ਤਲਵਾਰ ਦੇ ਮੁੱਠੇ 'ਤੇ ਹੱਥ ਗਿਆ। ਉੱਠਿਆ ਕੌਮ ਦਾ ਜਥੇਦਾਰ, ਘੋੜੇ 'ਤੇ ਸਵਾਰ ਹੋਇਆ। ਪੰਜ ਕੁ ਸਿੰਘ ਇਸ ਦੀ ਕਮਾਂਡ ਥੱਲੇ ਉੱਥੇ ਬਾਣੀ ਦੀ ਸੰਥਿਆ ਕਰ ਰਹੇ ਸਨ, ਨੇਜੇ ਬਾਜੀ ਘੋੜ ਸਵਾਰੀ ਸਿੱਖ ਰਹੇ ਸਨ। ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਨੂੰ ਨਾਲ ਲੈ ਕੇ ਕੌਮ ਦੇ ਜਥੇਦਾਰ ਨੇ ਮਾਲਵੇ ਦੀ ਧਰਤੀ 'ਤੇ ਆਪਣਾ ਘੋੜਾ ਫੇਰ ਕੇ ਆਖਿਆ, ਆਓ ਜਿਹਨੇ ਸਿੱਖੀ ਸ਼ਮਾ ਉੱਤੋਂ ਕੁਰਬਾਨ ਹੋਣਾ। ਬਾਬਾ ਜੀ ਐਲਾਨ ਕਿਵੇਂ ਕਰ ਰਹੇ ਨੇ, ਇੱਥੋਂ ਮਜਮੂਨ ਦੀ ਰਮਤਾ ਕੀਤੀ ਜਾ ਰਹੀ ਹੈ। ਕੌਮੀ ਜਥੇਦਾਰ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਹੋ ਕੇ ਘੋੜੇ ਉੱਤੇ ਸਵਾਰ, ਤਲਵਾਰ ਬੇਮਿਆਨ ਕਰਕੇ ਮਾਲਵੇ ਦੀ ਧਰਤੀ 'ਤੇ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਸਤੇ ਸਿੱਖ ਸਰਦਾਰਾਂ ਨੂੰ ਮੁਖਾਤਬ ਹੋ ਕੇ ਇਉਂ ਆਖਿਆ।
ਮੁੰਡਾ ਸਿੰਘ ਵਾਲਾ ਹੈਡ ਪਾਰ ਕਰਕੇ ਖੇਮ ਕਰਨ ਆ ਗਏ, ਜੋਸ਼ ਦੇ ਸਮੁੰਦਰਾਂ ਨੂੰ ਤਾਰ ਤਾਰ ਕੇ ਮੌਤ ਵਰਨ ਆ ਗਏ। ਮਾਝੇ ਦੇ ਸਬੂਤ ਕਦੋਂ ਰਹਿੰਦੇ ਡਰ ਕੇ ਬਾਜੀ ਵੇਖ ਹਾਰ ਦੀ ਆਸ਼ਕ ਤਲੀ ਤੇ ਅੱਗ ਸੀ ਤਾਰ ਕੇ ਜਾਣਾ ਗਲੀ ਯਾਰ ਦੀ, ਆਸ਼ਕ ਤਲੀ ਤੇ ਅੱਗ ਸੀ ਤਾਰ ਕੇ ਜਾਣਾ ਗਲੀ ਯਾਰ ਦੀ। ਗਿੱਠ ਗਿੱਠ ਲਾਲੀਆਂ ਛਾਲਾ ਮਾਰ ਆ ਗਏ, ਮੋਹ ਲਾਲ ਚੰਚ ਤੋੜ ਕੇ ਪਿਆਲੀਆਂ ਕਈ ਹਜ਼ਾਰ ਆ ਗਏ, ਮੋਹ ਲਾਲ ਚੰਚ ਤੋੜ ਕੇ ਪਿਆਲੀਆਂ ਕਈ ਹਜ਼ਾਰ ਆ ਗਏ। ਚੱਲ ਪੈ ਮਛਹਿਰੇ ਕੁੰਡੇ ਕਰ ਕਰਕੇ ਖੁਸ਼ੀ ਠਾਠਾ ਮਾਰਦੀ, ਆਸ਼ਕ ਤਲੀ ਤੇ ਆ ਗਏ ਸੀ ਤਾਰ ਕੇ ਜਾਣਾ ਗਲੀ ਯਾਰ ਦੀ, ਆਸ਼ਕ ਤਲੀ ਤੇ ਆ ਗਏ ਸੀ ਤਾਰ ਕੇ ਜਾਣਾ ਗਲੀ ਯਾਰ ਦੀ। ਮੁੱਕ ਜਾਣ ਸਭ ਝਗੜੇ ਕਲੇਸ਼ ਦੇ ਆਉਣ ਵਾਲੇ ਕੱਲ ਨੂੰ,
ਕੋਮਲਾ ਕੌਮ ਨਾ ਮੁੜੇਗੀ ਹਾਰ ਕੇ ਧਣੀ ਤਲਵਾਰ ਦੀ ਆਸ਼ਕ ਤਲੀ ਤੇ ਆਗ ਸੀਸ ਧਾਰ ਕੇ ਜਾਣਾ ਗਲੀ ਯਾਰ ਦੀ ਆਸ਼ਕ ਤਲੀ ਤੇ ਆਗ ਸੀਸ ਧਾਰ ਕੇ ਜਾਣਾ ਗਲੀ ਯਾਰ ਦੀ ਆਸ਼ਕ ਤਲੀ ਤੇ ਆਗ ਸੀਸ ਧਾਰ ਕੇ ਜਾਣਾ ਗਲੀ ਯਾਰ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਨਰੂ ਮਰੇ ਨਰ ਕਾਮ ਨਾਵੇ ਪਸ਼ੂ ਮਰੇ ਦਸ ਕਾਜ ਸਵਾਰੇ ਇਹਦੇ ਅਸੀਂ ਅਰਥ ਕਰਦੇ ਹਾਂ ਭਈ ਬੰਦਾ ਮਰ ਜਾਵੇ ਤੇ ਕਿਸੇ ਕੰਮ ਨਹੀਂ ਆਉਂਦਾ ਪਸ਼ੂ ਮਰ ਜਾਵੇ ਉਹਦੇ ਚਮੜੇ ਦੇ ਜੋੜੇ ਬਣਦੇ ਨੇ ਉਹਦੀਆਂ ਹੱਡੀਆਂ ਦੀਆਂ ਚਿੰਗਾਰੀਆਂ ਬਣਦੀਆਂ ਨੇ ਘੋੜੀਆਂ ਬਣਦੀਆਂ ਨੇ ਉਹਦੀ ਚਰਬੀ ਜਿਹੜੀ ਹੈ ਉਹਦਾ ਸਾਬਣ ਬਣਾਇਆ ਜਾਂਦਾ ਹੋਰ ਵੀ ਕਈਆਂ ਥਾਵਾਂ ਤੇ ਦਵਾਈਆਂ ਵਿੱਚ ਉਪਚਾਰ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਪਸ਼ੂ ਮਰ ਜਾਵੇ ਤੇ ਦਸ ਕਾਜ ਸਵਾਰਦਾ ਹੈ ਬੰਦਾ ਮਰ ਜਾਵੇ ਤੇ ਕੌਡੀ ਦਾ ਵੀ ਨਹੀਂ ਕਿਸੇ ਕੰਮ ਵੀ ਨਹੀਂ ਆਉਂਦਾ ਅਜੋਕੇ ਸਮੇਂ ਵਿੱਚ ਸਾਇੰਸ ਚੈਲੰਜ ਕਰਦਾ ਹੈ ਵੀ ਮਰਨ ਤੋਂ ਪਹਿਲਾਂ ਬੰਦਾ ਆਪਣੀ ਕਿਡਨੀ ਦਾਨ ਕਰ ਦੇਵੇ ਕਿਸੇ ਅਪਾਹਜ ਬੰਦੇ ਨੂੰ ਮਰੇ ਬੰਦੇ ਦੀ ਕਿਡਨੀ ਕੱਢ ਕੇ ਪਾ ਦੇਈਏ ਉਹ ਤੰਦਰੁਸਤ ਹੋ ਜਾਂਦਾ ਬੰਦਾ ਮਰਨ ਤੋਂ ਪਹਿਲਾਂ ਆਪਣੇ ਨੇਤਰ ਦਾਨ ਕਰ ਦੇਵੇ ਉਸ ਬੰਦੇ ਦੀਆਂ ਅੱਖਾਂ ਕੱਢ ਕੇ ਕਿਸੇ ਅੰਧੇ ਮਨੁੱਖ ਨੂੰ ਪਾ ਦਿੱਤੀਆਂ ਜਾਣ ਉਸਨੂੰ ਦਿਸਣ ਲੱਗ ਪੈਂਦਾ ਬਾਣੀ ਕਹਿੰਦੀ ਹੈ ਨਰੂ ਮਰੇ ਨਰ ਕਾਮ ਨਾ ਆਵੇ ਵੀ ਬੰਦਾ ਮਰਨ ਤੋਂ ਬਾਅਦ ਕੰਮ ਹੀ ਨਹੀਂ ਆਉਂਦਾ ਹਕੀਕਤ ਵਿੱਚ ਇਹ ਹੈ ਕਿ ਜੋ ਗੁਰਬਾਣੀ ਨੇ ਕਿਹਾ ਅਸੀਂ ਕਦੇ ਦੂਰ ਦ੍ਰਿਸ਼ਟੀ ਤੋਂ ਕੰਮ ਨਹੀਂ ਲਿਆ ਗੁਰਬਾਣੀ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦੀ ਇਹੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਸਨ ਉਹ ਅਕਸਰ ਕਿਹਾ ਕਰਦੇ ਸਨ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਬੰਦੇ ਦੀ ਜ਼ਮੀਰ ਮਰ ਜਾਵੇ ਤੇ ਉਸਦੀ ਮੌਤ ਹੋ ਜਾਂਦੀ ਮਹਾਰਾਜ ਆਪਣੀ ਪਾਵਨ ਬਾਣੀ ਵਿੱਚ ਇਹੀ ਫਰਮਾਨ ਦੱਸਦੇ ਨੇ ਨਰੂ ਮਰੇ ਨਰ ਕਾਮ ਨਾ ਆਵੇ ਬੰਦੇ ਦੇ ਅੰਦਰੋਂ ਮਨੁੱਖਤਾ ਮਰ ਜਾਵੇ ਉਹ ਪਸ਼ੂਆਂ ਨਾਲੋਂ ਵੀ ਕਈ ਗੁਣਾ ਭੈੜਾ ਹੋ ਜਾਂਦਾ ਹੈ ਸਰੀਰਕ ਮੌਤ ਬੰਦੇ ਦੀ ਮੌਤ ਨਹੀਂ ਹੁੰਦੀ ਜਦੋਂ ਆਤਮਾ ਮਰ ਜਾਂਦੀ ਜਦੋਂ ਗੈਰਤ ਤੇ ਅਣਖ ਮਰ ਜਾਂਦੀ ਉਦੋਂ ਬੰਦਾ ਪਸ਼ੂਆਂ ਨਾਲੋਂ ਵੀ ਕਈ ਗੁਣਾ ਭੈੜਾ ਹੋ ਜਾਂਦਾ ਬਾਬਾ ਦੀਪ ਸਿੰਘ ਸਾਹਿਬ ਜੀ ਕੋੜੇ ਤੇ ਸਵਾਰ ਹੋ ਕੇ ਦੁਤਾਰੇ ਖੰਡੇ ਦੇ ਮੁੱਠੇ ਤੇ ਹੱਥ ਰੱਖ ਕੇ ਮਾਲਵੇ ਦੇ ਸਰਦਾਰਾਂ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ ਹਰਿਮੰਦਰ ਉੱਤੇ ਦੁਸ਼ਮਣ ਦਾ ਕਬਜ਼ਾ ਹੈ ਆਪਣੇ ਕੌਮੀ ਘਰ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਲਈ ਤਿਆਰ ਹੋ ਸਤਿਕਾਰਯੋਗ ਖਾਲਸਾ ਜੀ ਪਿਛਲੇ ਸਮੇਂ ਵਿੱਚ ਜਦੋਂ ਐਲੋਪੈਥੀ ਹੋਂਦ ਵਿੱਚ ਨਹੀਂ ਸੀ ਆਈ ਹਕੀਮੀ ਲੋਕ ਇਲਾਜ ਕਰਿਆ ਕਰਦੇ ਸਨ ਆਯੁਰਵੈਦਿਕ ਦਵਾਈਆਂ ਨਾਲ ਸਿਆਣਿਆਂ ਦਾ ਕਥਨ ਹੈ ਵੀ ਬੰਦਾ ਮੂਰਛਿਤ ਪੈ ਜਾਵੇ ਉਹਦੀ ਨਬਜ਼ ਉੱਤੇ ਹੱਥ ਰੱਖ ਕੇ ਚੈੱਕ ਕੀਤਾ ਜਾਂਦਾ ਸੀ ਇਹ ਮਰਿਆ ਕਿ ਜਿਉਂਦਾ ਜੇ ਫਿਰ ਵੀ ਪਤਾ ਨਾ ਲੱਗੇ ਉਹਦੀਆਂ ਅੱਖਾਂ ਵਿੱਚ ਲਾਈਟ ਪਾਈ ਜਾਂਦੀ ਸੀ ਤੇਜ਼ ਰੌਸ਼ਨੀ ਪਾਈ ਜਾਂਦੀ ਸੀ ਜੇ ਫਿਰ ਵੀ ਜਾਣਕਾਰੀ ਨਾ ਮਿਲੇ ਹਕੀਮ ਲੋਕ ਨੂੰ ਇਹ ਬੰਦਾ ਮਰ ਗਿਆ ਕਿ ਜਿਉਂਦਾ ਮਿਰਚਾਂ ਘੋਟ ਕੇ ਉਹਨਾਂ ਦਾ ਪਾਣੀ ਕੱਢ ਕੇ ਬੰਦੇ ਦੀਆਂ ਅੱਖਾਂ ਵਿੱਚ ਪਾਇਆ ਜਾਂਦਾ ਸੀ ਜੇ ਤੇ ਜਿਉਂਦਾ ਸੀ ਤੇ ਤੜਫ ਉੱਠਦਾ ਸੀ ਜੇ ਮਰ ਗਿਆ ਤੇ ਉਹ ਤਾਂ ਮੌਤ ਹੀ ਹੋ ਗਈ ਉਸਦੀ ਇਲਾਜ ਹੀ ਕੋਈ ਬਾਕੀ ਨਹੀਂ ਰਹਿ ਗਿਆ ਇਸੇ ਤਰ੍ਹਾਂ ਕੌਮਾਂ ਦੀ ਅਣਖ ਵੇਖਣੀ ਹੋਵੇ ਗੈਰਤ ਮਰ ਗਈ ਕਿ ਜਿਉਂਦੀ ਏ ਉਹਦੇ ਧਾਰਮਿਕ ਤੀਰਥ ਨਾਲ ਕੋਈ ਛੇੜਛਾੜ ਕਰੇ ਕੌਮਾਂ ਆਪਣੀ ਜ਼ਿੰਦਗੀ ਦੀ ਬਾਜ਼ੀ ਲਾ ਦੇਣ ਜਿਨ੍ਹਾਂ ਲੋਕਾਂ ਦੇ ਅੰਦਰੋਂ ਗੈਰਤ ਤੇ ਅਣਖ ਮਰ ਜਾਵੇ ਉਹ ਲਾਲਚੀ ਤੇ ਸਵਾਰਥੀ ਹੋ ਜਾਂਦੇ ਉਹਨਾਂ ਦੇ ਧਰਮ ਗ੍ਰੰਥ ਨਾਲ ਕੋਈ ਛੇੜਛਾੜ ਕਰੇ ਉਹ ਖਮੋਸ਼ ਹੋ ਕੇ ਆਪਣੀਆਂ ਕੁਰਸੀਆਂ ਲਈ ਆਪਣੀਆਂ ਉਪਾਧੀਆਂ ਲਈ ਡਟੇ ਰਹਿੰਦੇ ਨੇ ਤਾਂ ਕਿ ਸਾਡੇ ਕੋਲੋਂ ਕੋਈ ਤਾਕਤ ਨਾ ਖੁੱਲਵੇ ਉਹ ਧਰਮ ਗ੍ਰੰਥ ਨਾਲ ਨੇੜਤਾ ਨਹੀਂ ਰੱਖਦੇ ਜਿਨ੍ਹਾਂ ਲੋਕਾਂ ਦੇ ਹਿਰਦੇ ਵਿੱਚ ਗੈਰਤ ਦੇ ਅਣਖ ਹੋਵੇ ਉਹ ਆਪਣੇ ਧਰਮ ਤੋਂ ਆਪਾਂ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਨੇ ਤਖ਼ਤ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਮਾਲਵੇ ਦੀ ਧਰਤੀ ਦੇ ਘੋੜਾ ਫੇਰ ਕੇ ਹਰਿਮੰਦਰ ਦੀ ਆਜ਼ਾਦੀ ਲਈ ਸਿੱਖਾਂ ਨੂੰ ਤਿਆਰ ਕਰ ਰਿਹਾ 500 ਉਹਨਾਂ ਦੀ ਕਮਾਂਡ ਥੱਲੇ ਸੀ 4500 ਹੋਰ ਤਿਆਰ ਹੋ 5000 ਦਾ ਜਥਾ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਸਿਰਲਤ ਸੂਰਮਿਆਂ ਨੂੰ ਨਾਲ ਲੈ ਕੇ ਗੰਡਾ ਸਿੰਘ ਦੇ ਹੈਡ ਤੋਂ ਖੇਮਕਰਨ ਦੇ ਪਤਨ ਲਾਗੋਂ ਪਾਰ ਹੋਏ ਖੇਮਕਰਨ ਦੀ ਧਰਤੀ ਤੇ ਆਏ ਫਿਰ ਮਾਝੇ ਦੀ ਸ਼ੁਰੂਆਤ ਹੋ ਗਈ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹੀ ਘੋੜਾ ਫੇਰ ਕੇ ਇਲਾਕੇ ਵਿੱਚ ਕੌਮ ਦੇ ਜਥੇਦਾਰਾਂ ਨੂੰ ਆਖਿਆ ਕੌਮ ਦੇ ਜਥੇਦਾਰੋ ਜਹਾਨ ਖਾਨ ਅਬਦਾਲੀ ਦਾ ਭੇਜਿਆ ਹੋਇਆ ਸਰੋਵਰ ਪੂਰੀ ਜਾਂਦਾ ਹੈ ਔਰ ਉਹਦੇ ਵਿੱਚ ਪੂਰ ਕੇ ਘਾਹ ਉਗਾਇਆ ਹੋਇਆ ਜੌ ਬੀਜ ਦਿੱਤੇ ਨੇ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕਰ ਰਿਹਾ ਅਕਾਲ ਤਖ਼ਤ ਸਾਹਿਬ ਉੱਤੇ ਸੰਪੂਰਨ ਰੂਪ ਤੇ ਕਬਜ਼ਾ ਕਰੀ ਬੈਠਾ ਹੈ ਕੁਰਬਾਨੀ ਲਈ ਤਿਆਰ ਹੋ ਜੇ ਮਾਲਵੇ ਵਿੱਚੋਂ 5000 ਆਇਆ ਸੀ ਤੇ ਮਾਝਾ ਵੀ ਗੈਰਤਮੰਦ ਸੀ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਯਾਦ ਕਰਦੇ ਹਾਂ ਉਹ ਜ਼ਿਆਦਾਤਰ ਮਾਝੇ ਨਾਲ ਸੰਬੰਧ ਰੱਖਣ ਵਾਲੇ ਸਨ ਮਾਝੇ ਦੇ ਸਿੰਘਾਂ ਵਿੱਚੋਂ ਵੀ 5000 ਸੂਰਮਾ ਤਿਆਰ ਹੋਇਆ ਇਹ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਕੁਰਬਾਨੀ ਲਈ ਤਿਆਰ ਹੋਏ ਮਹਾਂਬਲੀ ਸੂਰਮਿਆਂ ਨੂੰ 10000 ਦੇ ਇਕੱਠ ਵਿੱਚ ਉਹਨਾਂ ਦੀ ਅਗਵਾਈ ਕਰਦੇ ਹੋਏ ਤਰਨ ਤਾਰਨ ਸਾਹਿਬ ਦੀ ਪਾਵਨ ਧਰਤੀ 'ਤੇ ਜਾ ਪਹੁੰਚੇ 1591 ਈਸਵੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਗਰੀ ਵਸਾਈ ਇਸ ਕਰਕੇ ਵਸਾਈ ਪੀਏ ਦੇ ਦੁਆਲੇ ਇਸਲਾਮ ਦਾ ਬੜਾ ਵੱਡਾ ਬੋਲਬਾਲਾ ਸੀ ਜਦੋਂ ਤੁਸੀਂ ਪਿੰਡਾਂ ਦਾ ਚੱਕਰ ਲਾਓਗੇ ਇਸਲਾਮੀ ਪਿੰਡ ਨੇ ਰਸੂਲਪੁਰ ਦੀਨਪੁਰ ਕੋਟ ਮੁਹੰਮਦ ਖਾਨ ਇਤਿਹਾਦਿਕ ਪਿੰਡ ਸਨ ਸ਼ੇਖ ਫਤਿਹ ਨੇ ਇਸ ਇਲਾਕੇ ਵਿੱਚ ਪ੍ਰਚਾਰ ਕਰਕੇ ਨਾਲੇ ਤਾਂ ਇਹਨਾਂ ਨਗਰਾਂ ਦੀ ਉਸਾਰੀ ਕੀਤੀ ਸੀ ਅਤੇ ਨਾਲੇ ਗੁਰੂ ਨਾਨਕ ਦੀ ਸਿੱਖੀ ਖੋਹ ਕੇ ਲੋਕਾਂ ਨੂੰ ਸਖੀ ਸਰਵਰੀਏ ਬਣਾ ਦਿੱਤਾ ਸੀ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ
इस इलाके एक सांझा तीर्थ कायम किया, उत्थे सिखी का प्रचार किया। भाई लंगाह वर्गे गुरु अर्जन देव महाराज सच्चे पातशाह दे सिख बने और चौदह रात भी छड़ी ते उन्होंने गुरु अर्जन देव सच्चे पातशाह महाराज की सिखी भी अपनी चोली विच पाई। सत्कारयोग खालसा जी, उस गुरु अर्जन देव महाराज की पावन नगरी विच बाबा दीप सिंह साहब जी आए, दर्शनी ड्योड़ी तो अगह लंघ के कौम के जथेदार ने नंगी तलवार हाथ विच फड़ी। पिछे 10,000 सूरमा है ते कौम का जथेदार सामने खड़ा है, गल विच पल्ला पा के हरिमंदर साहब की आजादी ली जिस पंचम पातशाह गुरु अर्जन देव महाराज ने साई मियां मीर जी पासों नीं रखवा के हरिमंदर साहब की उसारी की सी, उहदी आजादी ली कौम का जथेदार इक अरदास कर रहा है। अरदास तां बहुत लोग करते हैं, अरदासां तां गुरुद्वारियां विच हुंदियां ने, अरदासां निज स्वार्थ लई हुंदियां ने, अरदास हर कर्म करन तों पहलां कीती जांदी है, पर उस अरदास दे पिछे कोई ना कोई लालच छुपिया हुंदा है। जेडे अरदास बाबा दीप सिंह साहब जी कर रहे ने, यह दुनिया तो एक विलखण अरदास है, यह दुनिया तो एक वक्री अरदास है। केड़ी अरदास? बाबा दीप सिंह साहब जी ने पंचम पातशाह गुरु अर्जन देव महाराज जी के पावन चरणों में खलो के की। ढाडी कला के पैगंबर गुरपुरवासी ज्ञानी सोहण सिंह जी सीतल, उन्होंने अपनी मुबारक कलम इतने लाइना लिखिया, तुहाडी सेवा चर्ज कर लगे हाँ। इहनू असीं अलगोजिआं दी चाल विच गाउण लगे। अलगोजे एक पुरातन साज है, बड़ा अच्छा साज है। अलगोजे वजिया करते सन जदों असीं छोटे हुंदे सी, बरातां नाल लाउड स्पीकर आउंदे सी, कोठियां दे लाउड स्पीकर रखे जांदे सी, जदों वजदे सन तवे ते नैब कोटिया लोहार अलगोजिआं ते गाया करदा सी। असीं छोटे छोटे सां, जदों आवाज़ सुननी ते नैब कोटिए ने आखना हला भी नैब कोटिया घमिहारा लकड़ी की आखदी है। ये अलगोजे सुन के मुरदा बंदा भी जिउंदा हो जांदा सी। इस कला वाले कंढ कर ली वक्त दे ढाडियां ने, उहदी कैमी लई इक छोटा जिहा यतन किया जा रहा है। अलगोजे साज ते साडे कोल नहीं पर मास्टर दी सरंगी विचों पैदा करनगे, अलगोजिआं नूं गाउणगे। भाई सूबा सिंह जी शांत सरंगी मास्टर, गुरदेव सिंह तोहफा दे गुरचरण सिंह चन्न, आओ जरा बुलंद आवाज़ां राही श्रवण करिए अलगोजिआं दी चाल विच पंचम पातशाह गुरु अर्जन देव महाराज जी दे पावन चरणां विच हरिमंदर साहब जी आजादी लई गल विच पल्ला पा के बाबा दीप सिंह साहब जी अरदास इउं कर रहे। ਡੇਰਾ ਲਾ ਕੇ ਬੈਠੇ ਸਾਡੀ ਹਿੱਕ ਤੇ
ਅੱਜ ਡੇਰਾ ਲਾ ਕੇ ਹੋ ਮੈਂ ਪੈਰਾਂ ਅੰਦਰ ਛੜਾਂਗਾ ਛਿੰਝ ਤੇ ਕੀ ਪਾ ਕੇ ਮੈਂ ਪੈਰਾਂ ਅੰਦਰ ਛੜਾਂਗਾ ਛਿੰਝ ਤੇ ਕੀ ਪਾ ਕੇ ਹੋ ਮੈਂ ਪੈਰਾਂ ਅੰਦਰ ਛੜਾਂਗਾ ਛਿੰਝ ਤੇ ਕੀ ਪਾ ਕੇ ਹੋ ਛੜਾਂਗਾ ਛਿੰਝ ਤੇ ਕੀ ਪਾ ਕੇ ਮੈਂ ਪੈਰਾਂ ਅੰਦਰ ਛੜਾਂਗਾ ਛਿੰਝ ਤੇ ਕੀ ਪਾ ਕੇ ਹੋ ਮੈਂ ਪਾਠ ਕਰਾਂ ਰਹਿਰਾਸ ਦਾ ਰਹਿਰਾਸ ਦਾ ਲਹੂ ਅੰਦਰ ਲਹੂ ਅੰਦਰ ਨਾ ਕੇ ਹੋ ਮੈਂ ਪਾਠ ਕਰਾਂ ਰਹਿਰਾਸ ਦਾ ਲਹੂ ਅੰਦਰ ਨਾ ਕੇ ਮੈਂ ਪਾਠ ਕਰਾਂ ਰਹਿਰਾਸ ਦਾ ਲਹੂ ਅੰਦਰ ਨਾ ਕੇ ਹੋ ਮੈਂ ਧਰਾਂ ਚੜਾਵਾਂ ਸੀਸ ਦਾ ਧਰਾਂ ਚੜਾਵਾਂ ਸੀਸ ਦਾ ਮੈਂ ਧਰਾਂ ਚੜਾਵਾਂ ਸੀਸ ਦਾ ਅੰਮ੍ਰਿਤਸਰ ਜਾ ਕੇ ਹੋ ਮੈਂ ਤਰਾ ਚੜਾਵਾਂ ਸੀਸ ਦਾਈਆ ਹੋ ਮੈਂ ਤਰਾ ਚੜਾਵਾਂ ਸੀਸ ਦਾ ਅੰਮ੍ਰਿਤਸਰ ਜਾ ਕੇ ਤਰਾ ਚੜਾਵਾ ਸੀਸ ਦਾ ਅੰਮ੍ਰਿਤਸਰ ਜਾ ਕੇ ਹੋ ਮੈਂ ਜਾਮ ਸ਼ਹਾਦਤ ਪੀਵਾਂਗਾ ਮੈਂ ਜਾਮ ਸ਼ਹਾਦਤ ਪੀਵਾਂਗਾ ਸ਼ਹਾਦਤ ਪੀਵਾਂਗਾ ਗੱਲ ਤੋੜ ਚੜਾ ਕੇ ਮੈਂ ਜਾਮ ਸ਼ਹਾਦਤ ਪੀਵਾਂਗਾ ਗੱਲ ਤੋੜ ਚੜਾ ਕੇ ਮੈਂ ਜਾਮ ਸ਼ਹਾਦਤ ਪੀਵਾਂਗਾ ਗੱਲ ਤੋੜ ਚੜਾ ਕੇ ਹੋ ਮੈਂ ਜਾਮ ਸ਼ਹਾਦਤ ਪੀਵਾਂਗਾ ਗੱਲ ਤੋੜ ਚੜਾ ਕੇ ਗੱਲ ਚੜਾ ਕੇ ਹੁਣ ਤੈਨੂੰ ਸ਼ਰਮਾ ਸਤਿਗੁਰੂ ਹੁਣ ਤੈਨੂੰ ਸ਼ਰਮਾ ਸਤਿਗੁਰੂ ਹੁਣ ਤੈਨੂੰ ਸ਼ਰਮਾ ਸਤਿਗੁਰੂ ਕਿਆ ਸੀਸ ਨੂੰ ਵਾਕ ਹੁਣ ਤੈਨੂੰ ਸ਼ਰਮਾ ਸਤਿਗੁਰੂ ਕਿਆ ਸੀਸ ਨੂੰ ਵਾਕ ਹੋ ਹੁਣ ਤੈਨੂੰ ਸ਼ਰਮਾ ਸਤਿਗੁਰੂ ਕਿਆ ਸੀਸ ਨਵਾ ਕੇ ਤੈਨੂੰ ਸ਼ਰਮਾ ਸਤਿਗੁਰੂ ਕਿਆ ਸੀਸ ਨਵਾ ਕੇ ਕਿਆ ਸੀਸ ਨਵਾ ਕੇ ਕਿਆ ਸੀਸ ਨਵਾ ਕੇ ਹੋ 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 ਕੁਰਸ਼ੇਤਰ ਦੇ ਮੈਦਾਨ ਵਿੱਚ ਅਰਜਨ ਭਗਵਾਨ ਅੱਗੇ ਅਰਦਾਸ ਕਰ ਰਿਹਾ ਅਭਿਮਨੂ ਦੀ ਮੌਤ ਦਾ ਸਤਾਇਆ ਹੋਇਆ ਇੱਕ ਪ੍ਰਣ ਕਰਦਾ ਹੈ ਹੇ ਭਗਵਾਨ ਦੇ ਦਿਨ ਦੇ ਚੜਾਅ ਤੋਂ ਪਹਿਲਾਂ ਪਹਿਲਾਂ ਮੈਂ ਜਰਾ ਸਿੰਧ ਨੂੰ ਨਾ ਮਾਰਿਆ ਤੇ ਜਿਉਂਦਾ ਅੱਗ ਵਿੱਚ ਛਾਲ ਮਾਰ ਕੇ ਮਰ ਜਾਵਾਂ ਭਰਾ ਦਾ ਵੈਰ ਲੈਣ ਲਈ ਇੱਕ ਪ੍ਰਣ ਕਰ ਰਿਹਾ ਅਰਦਾਸਾਂ ਹੋਰ ਵੀ ਲੋਕ ਕਰਦੇ ਨੇ ਪਰ ਬਾਬਾ ਦੀਪ ਸਿੰਘ ਸਾਹਿਬ ਦੀ ਅਰਦਾਸ ਵਿੱਚ ਬੜਾ ਵੱਡਾ ਅੰਤਰ ਸੀ ਇਹ ਅਸੀਂ ਮੰਨਦੇ ਹਾਂ ਵੀ ਜੰਮਣਾ ਤੇ ਮਰਨਾ ਜਿਹੜਾ ਹੈ ਪਰਮੇਸ਼ਰ ਦੇ ਭਾਣੇ ਦੀ ਕਾਰ ਹੈ ਬੰਦਾ ਆਪਣੀ ਮਰਜ਼ੀ ਨਾਲ ਨਾ ਸੰਸਾਰ ਤੇ ਆਉਂਦਾ ਤੇ ਨਾ ਇੱਥੋਂ ਜਾਂਦਾ
ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਤੇ ਅਰਦਾਸ ਵਿੱਚ ਸ਼ਬਦ ਵਰਤਦੇ ਨੇ। ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਤੇਰੇ ਮੁਬਾਰਕ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ ਉਹਨਾਂ ਚਿਰ ਜਿਉਂਦਾ ਰਹਾਂ। ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਤੇਰੇ ਮੁਬਾਰਕ ਚਰਨਾਂ ਵਿੱਚ ਆਪਣਾ ਸਿਰ ਹਾਜ਼ਰ ਕਰਾਂਗਾ। ਮੇਰੇ ਸੱਚੇ ਪਾਤਸ਼ਾਹ, ਇਹ ਹੁਣ ਤੈਨੂੰ ਲਾਜ ਆ ਵੀ ਤੁਸੀਂ ਆਪਣੇ ਸੇਵਕ ਦੀ ਲਾਜ ਰੱਖਣੀ ਕਿ ਨਹੀਂ ਰੱਖਣੀ। ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ, ਕਾਰਜ ਸਿੱਧੀ ਤੱਕ ਜਿਉਂਦੇ ਰਹਿਣ ਲਈ ਅਰਦਾਸ ਕਰ ਰਿਹਾ, ਦੁਨੀਆਂ ਤੋਂ ਅਨੋਖੀ ਅਰਦਾਸ। ਸ਼ਹੀਦਾਂ ਦਾ ਕਾਫਲਾ ਪਿੱਛੇ ਖੜਾ ਸੀ, ਜੈਕਾਰਿਆਂ ਦੀ ਗੂੰਜ ਨਾਲ ਇਸ ਅਰਦਾਸ ਦੀ ਸਮਾਪਤੀ ਕੀਤੀ ਗਈ। ਕੌਮ ਦਾ ਜਥੇਦਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਪਿਛਾਂ ਭੌਂ ਕੇ ਮੁੜਿਆ ਸੀ। ਕਵੀ ਦਾ ਤਸੱਵਰ ਹੈ, ਦਾਨਸ਼ਮੰਦਾਂ ਦੀ ਰਾਏ ਹੈ, ਹੋਣੀ ਪ੍ਰਗਟ ਹੋ ਗਈ। ਹੋਣੀ ਨੇ ਆਖਿਆ, ਬਾਬਾ ਦੀਪ ਸਿੰਘ ਆ ਅਰਦਾਸ ਸੁਧਾਈ ਕਰਨ ਵਾਲੀ ਜਿਹੜੀ ਤੂੰ ਅਰਦਾਸ ਕੀਤੀ ਹੈ, ਇਹ ਅਰਦਾਸ ਕੰਪਲੀਟ ਨਹੀਂ ਹੋਣੀ, ਇਹ ਅਰਦਾਸ ਮੈਂ ਪਹਿਲੀ ਵਾਰ ਸੁਣੀ। ਇਹ ਸੰਸਾਰ ਮੇਰਾ ਖਾਜਾ ਹੈ, ਮੈਂ ਵੱਡੇ ਵੱਡੇ ਦੁਨੀਆਂ ਦੇ ਦਾਨਸ਼ਮੰਦਾਂ ਨੂੰ ਤੇ ਮਹਾਂਬਲੀ ਸੂਰਮਿਆਂ ਨੂੰ ਨਿਗਲ ਲਿਆ, ਜਿਹੜੀ ਤੂੰ ਅਰਦਾਸ ਕੀਤੀ ਹੈ, ਜਿੰਨਾ ਚਿਰ ਹਰਿਮੰਦਰ ਸਾਹਿਬ ਆਜ਼ਾਦ ਨਹੀਂ ਕਰਵਾ ਲੈਂਦਾ ਉਹਨਾਂ ਚਿਰ ਜਿਉਂਦਾ ਰਹਾਂਗਾ। ਇਹ ਅਰਦਾਸ ਤੇਰੀ ਭੁਲੇਖੇ ਵਿੱਚ ਹੋ ਗਈ, ਇਹ ਅਰਦਾਸ ਇੱਦਾਂ ਨਹੀਂ ਸੀ ਕਰਨੀ ਚਾਹੀਦੀ। ਮੈਂ ਹੋਣੀ ਹਾਂ ਤੇ ਸੰਸਾਰ ਮੇਰਾ ਖਾਜਾ ਹੈ, ਮੈਂ ਤੇਰੀ ਅਰਦਾਸ ਪੂਰੀ ਨਹੀਂ ਹੋਣ ਦੇਵਾਂ। ਸਤਿਕਾਰਯੋਗ ਖਾਲਸਾ ਜੀ, ਜਿਨ੍ਹਾਂ ਨੂੰ ਗੁਰੂ 'ਤੇ ਯਕੀਨ ਹੋਏ, ਜਿਹੜੇ ਤਲੀ 'ਤੇ ਸੀਸ ਰੱਖ ਕੇ ਲੜਨਾ ਜਾਣਦੇ ਹੋਣ, ਜਿਹੜੇ ਗੁਰੂ ਤੋਂ ਆਪਾਂ ਕੁਰਬਾਨ ਕਰਨ ਵਾਲੇ ਨੇ, ਉਹ ਆਪਣੀ ਅਰਦਾਸ 'ਤੇ ਬੜਾ ਵੱਡਾ ਮਾਣ ਰੱਖਦੇ। ਮੈਂ ਬੇਨਤੀ ਕਰ ਦੇਵਾਂ, ਕਿੰਨਿਆਂ ਨੇ ਅਰਦਾਸਾਂ ਕੀਤੀਆਂ, ਪੰਜਾਬੀ ਸੂਬੇ ਲਈ ਅਰਦਾਸ ਕੀਤੀ, ਅਕਾਲ ਤਖ਼ਤ ਸਾਹਿਬ ਉੱਤੇ ਇੱਕ ਮਹਾਨ ਕੁੰਡ ਰਚਿਆ ਗਿਆ, ਅਗਨੀ ਦਾ ਪੀ ਇਹਦੇ ਵਿੱਚ ਛਾਲ ਮਾਰ ਕੇ ਮਰ ਜਾਣਾ ਜੇ ਪੰਜਾਬੀ ਸੂਬੇ ਦੀ ਆਜ਼ਾਦੀ ਨਾ ਮਿਲੀ ਤਾਂ। ਅਰਦਾਸ ਕਰਨ ਵਾਲੇ ਅਰਦਾਸ ਤਾਂ ਕਰ ਗਏ ਪਰ ਨਿਭਾਈ ਨਾ। ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਨੇ ਉਸੇ ਅਰਦਾਸ ਨੂੰ ਅਸਲੀ ਰੂਪ ਦਿੱਤਾ। ਕੌਮਾਂ ਵਿੱਚ ਐਸੇ ਲੋਕ ਪੈਦਾ ਹੁੰਦੇ ਨੇ। ਅਰਦਾਸ ਤਾਂ ਪੰਜਾਬ ਦੀ ਆਜ਼ਾਦੀ ਲਈ ਵੀ ਕੀਤੀ ਗਈ ਸੀ ਜਦੋਂ ਧਰਮਯੁੱਧ ਮੋਰਚਾ ਲਾਇਆ ਗਿਆ। ਧਰਮਯੁੱਧ ਮੋਰਚੇ ਦੀ ਆਰੰਭਤਾ ਕਰਨ ਵਾਲੇ ਲੋਕ ਵੀ ਅਰਦਾਸ ਵਿੱਚ ਸ਼ਾਮਿਲ ਸਨ, ਅਰਦਾਸ ਉਹਨਾਂ ਨੇ ਕੀਤੀ ਸੀ, ਪਰ ਅਰਦਾਸ ਕਰਕੇ ਉਹ ਤਾਂ ਬਾਗੀ ਹੋ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਜਿਹੜੀ ਅਰਦਾਸ ਕੀਤੀ ਸੀ, ਜਿਹੜੇ ਬਚਨ ਕੀਤੇ ਸਨ, ਉਹਨਾਂ ਦੇ ਫੁੱਲ ਚੜਾ ਕੇ ਗਏ। ਜਿਹੜੇ ਮਨੁੱਖ ਦੀ ਕਥਨੀ ਦੇ ਕਰਨੀ ਵਿੱਚ ਅੰਤਰ ਹੈ, ਯਾਦ ਰੱਖਿਓ, ਨਾ ਸੰਸਾਰ ਦੇ ਲੋਕ ਉਹਨਾਂ ਨੂੰ ਚੰਗਾ ਆਖਣਗੇ, ਨਾ ਮਰ ਜਾਣ ਤੋਂ ਬਾਅਦ ਹੀ ਰੱਬ ਦੀ ਦਰਗਾਹ ਵਿੱਚ ਥਾਂ ਮਿਲੇ। ਲਾਲਚੀ ਦੇ ਸਵਾਰਥੀ ਬੰਦੇ ਇਹੋ ਜਿਹਾ ਕਰਮ ਕਰਦੇ ਨੇ। ਜਿਹਨਾਂ ਨੇ ਧਰਮ ਨੂੰ ਆਪਾਂ ਨਿਸ਼ਾਵਰ ਕਰਨਾ ਹੋਵੇ, ਜਿਹੜੇ ਕੌਮ ਨੂੰ ਸਮਰਪਿਤ ਹੋਣ, ਜ਼ਿੰਦਗੀ ਨਾਲ ਪਿਆਰ ਨਹੀਂ ਕਰਦੇ, ਆਪਣੇ ਧਰਮ ਤੋਂ ਅਸਸ ਕੇ ਆਪਾਂ ਕੁਰਬਾਨ ਕਰ ਦਿੰਦੇ। ਹੁਣੀ ਬਾਬਾ ਦੀਪ ਸਿੰਘ ਨੂੰ ਮੁਖਾਤਬ ਹੋ ਕੇ ਕਹਿ ਰਹੀ, ਮੈਂ ਤੇਰੀ ਅਰਦਾਸ ਪ੍ਰਵਾਨ ਨਹੀਂ ਚੜ੍ਹਨ ਦੇਣੀ। ਅਤੇ ਸਿੱਖ ਜਵਾਬ ਵਿੱਚ ਕੀ ਆਖ ਰਿਹਾ, ਕਵੀ ਦਾ ਸਬਰ ਹੈ, ਕੁਝ ਲਾਈਨਾਂ ਤੁਹਾਡੀ ਸੇਵਾ ਚਰਜ ਕੀਤੀਆਂ ਜਾ ਰਹੀਆਂ। ਸਰਵਣ ਕਰਨਾ ਜੀ, ਇੱਕ ਮੁਟਿਆਰ ਦੇ ਰੂਪ ਵਿੱਚ ਹੋਣੀ ਬਾਬਾ ਦੀਪ ਸਿੰਘ ਦਾ ਅੱਗਾ ਰੋਕ ਕੇ ਕਹਿ ਰਹੀ ਹੈ, ਮੈਂ ਤੇਰੀ ਅਰਦਾਸ ਸੰਪੂਰਨ ਨਹੀਂ ਹੋਣ ਦੇਵਾਂਗੀ। ਅਤੇ ਗੁਰੂ ਦਾ ਸਿੰਘ ਜਵਾਬ ਵਿੱਚ ਉਸਨੂੰ ਇਉਂ ਆਖਿਆ, ਜੇਕਰ ਅਰਦਾਸ ਕਰੀਏ ਤੇਗ ਸੂਰਮੇ ਹੱਥ ਵਿੱਚ ਫੜੀ ਹੋਵੇ, ਉਦੋਂ ਕਿਸੇ ਦੀ ਨਹੀਂ ਪਰਵਾਹ ਕਰਦਾ। ਹੋ ਮਸਤੀ ਜਦੋਂ ਮਸਤਾਨੇ ਨੂੰ ਚੜੀ ਹੋਵੇ, ਹੋ ਕਦੇ ਪਿੱਛੇ ਨਾ ਪਰਤਦਾ ਦਰਦਿਆ, ਆਵੇਂ ਮੌਤ ਵੀ ਸਾਹਮਣੇ ਖੜੀ ਹੋਵੇ, ਭਾਵੇਂ ਮੌਤ ਵੀ ਸਾਹਮਣੇ ਖੜੀ ਹੋਵੇ।
खालसा मैं सिर लेके जाना तेरा होमना परन नहीं पूरा खालसा मैं सिर लेके जाना तेरा जोरी एथे चलना नी मौत चलिए कानू खेके जाना तेरा जोरी एथे चलना नी मौत चलिए कानू खेके जाना सारी दुनिया दे यो दे मेरी ईन मन दे ओ ती होर होंगे तो रामन जतुर गए कई दावे बन दे ओ कोई चोर होंगे जिन्ना जंग कीते वड़े मैं नहीं अर्जन जे छड़े दिते पूरा दे मैं पूरख पा खालसा तू मी टेके जाना तेरा होम ना परन नहीं पूरा खालसा मैं सिर लेके जाना असी सिंह हाँ गुरु दे नहीं मौतों डर दे मैं सारे वेख लवांगी असा छड़ना नी वैरी वेज गुरु कर दे मैं सारे वेख लवांगी गुरा खालसा सजाया रख देश दा बनाया के जाना मैं तमान ताता जहे सूर में मकाद ते असी ओ नाचो नहीं मैं हर नाक शेज बली पलाती उडाद ते साडे नाल ना खही एथे होया नमरूद रिहा कर दा खरूद मेरे नाल नहीं मथा किसे लाया सिंह जी तू मी टेके जाना तेरा होमना परन नहीं पूरा खालसा मैं सिर लेके जाना मैं ता होवांगा शहीद वैरियां नू कट के तू हार जावेगा इक जिंदगी दी मंग नीनी चोली अड के मैं पछोतावेगा साडा रखा देश वेश ताइयों जत दे अमेश असी पहुंचना जरूर दरबार सैबनी तैनू कह के जाना तेरा जोरी एथे चलना ना मौत चलिए कानू कह के जाना ओ मैं सिर लेके जाना ओ कानू कह के जाना मैं सिर लेके जाना कानू खेके जाना ओ होनी सिंह दा रास्ता रोक के कह रही सी तेरा बोल नहीं पूरा होण देना ते कलगी वाले पातशाह महाराज दा सिंह कह रहा सी होणीए सिंह दे सामने तेरा ये प्रण नहीं निभेगा जिन्ना चिर हरिमंदर साहब आजाद नहीं करवा लैंदा जिन्ना दी तू गल करदी ओ कई होर होणगे मैं कलगी वाले पातशाह दा सिंह हां अरदास करके तुरिया जिन्ना चिर हरिमंदर साहब आजाद नहीं करा लैंदा उन्ना चिर शहादत दा जाम नहीं पीना शहीदां दा काफला लैके बाबा दीप सिंह साहब जी तुरे मैं बेनती कर दवा विसर चलिया सी जिहड़े बाबा नौर सिंह दी समाधि दे कोले तुसीं अपना वहीकल रोक के नमस्कार करदे हो ये बाबा जी दे मासी दे पुत्र सन ये चीचे दे जंपल सन नंबरदार दे बेटे सी दो भरा सन ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੌਮੀ ਜੰਗਾਂ ਵਿੱਚ ਹਿੱਸਾ ਲੈਣੇ ਸ਼ੁਰੂ ਕਰ ਦਿੱਤੇ ਵਕਤ ਦੀ ਹਕੂਮਤ ਨੇ ਇਹਨਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਨੌਰ ਸਿੰਘ ਸਾਹਿਬ ਜੀ ਉਮਰ ਕਰਕੇ ਬਾਬਾ ਜੀ ਨਾਲੋਂ ਵੱਡੇ ਸਨ ਸਰਕਾਰ ਦੀਆਂ ਨਜ਼ਰਾਂ ਤੋਂ ਬਚਣ ਲਈ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਜਾ ਪੁੱਜੇ ਇਹਨਾਂ ਦੀ ਉਮਰ ਉਸ ਵੇਲੇ 92 ਸਾਲ ਦੀ ਸੀ ਇਤਿਹਾਸ ਦੇ ਪੰਨਿਆਂ 'ਤੇ ਜ਼ਿਕਰ ਆਉਂਦਾ ਹੈ ਬਾਬਾ ਨੌਰ ਸਿੰਘ ਸਾਹਿਬ ਜੀ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਭਤੀਜੇ ਸੱਦਾ ਸਿੰਘ ਨੂੰ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਦੇ ਕੇ ਤੁਰਨ ਤੋਂ ਪਹਿਲਾਂ ਤੁਰਨ ਲੱਗੇ ਤੇ ਬਾਬਾ ਨੌਰ ਸਿੰਘ ਨੂੰ ਕਹਿਣ ਲੱਗੇ ਵੀ ਤੁਸੀਂ ਇੱਥੋਂ ਦੀ ਜ਼ਿੰਮੇਵਾਰੀ ਸੰਭਾਲੋ ਬਾਬਾ ਜੀ ਨੇ ਆਖਿਆ ਕਿਉਂ ਬਾਬਾ ਦੀਪ ਸਿੰਘ ਨੇ ਆਖਿਆ ਤੁਸੀਂ ਉਮਰ ਕਰਕੇ ਵੱਡੇ ਹੋ ਤੁਹਾਥੋਂ ਜੰਗ ਨਹੀਂ ਲੜੀ ਜਾਣੀ ਜੰਗ ਲੜਨੀ ਪਵੇਗੀ ਬਾਬਾ ਨੌਰ ਸਿੰਘ ਨੇ ਆਖਿਆ ਉਮਰ ਕਰਕੇ ਤੇ ਮੈਂ ਵੱਡਾ ਹਾਂ ਪਰ ਸਰੀਰਕ ਬਲ ਕਰਕੇ ਮੈਂ ਛੋਟਾ ਨਹੀਂ ਸਰੀਰਕ ਬਲ ਕਰਕੇ ਵੀ ਵੱਡਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ
ਬਾਬੇ ਨੌਰ ਸਿੰਘ ਨੇ ਆਪਣੀ ਤਲਵਾਰ ਬੇਮਿਆਨ ਕੀਤੀ। ਬੁੱਢੇ ਜਵਾਨ ਨੇ 92 ਸਾਲ ਦੀ ਆਜੂ ਵਿੱਚ ਤਲਵਾਰ ਨਾਲ ਗਤਕੇ ਦਿਓ ਯੌਰ ਵਿਖਾਏ ਇੱਕ ਵਾਰੀ ਅੱਛ ਅੱਛ ਕਰਵਾ ਦਿੱਤੀ। ਆਖਿਆ ਦੱਸ ਬਾਬਾ ਦੀਪ ਸਿੰਘਾ ਮੈਂ ਮੈਦਾਨੇ ਜੰਗ ਵਿੱਚ ਲੜ ਸਕਦਾ ਕਿ ਨਹੀਂ ਲੜ ਸਕਦਾ। ਸਤਿਕਾਰਯੋਗ ਖਾਲਸਾ ਜੀ, ਬਾਬਾ ਜੀ ਨੇ ਬੇਨਤੀ ਕੀਤੀ ਉਹਨਾਂ ਨੂੰ ਨਾਲ ਲੈ ਕੇ ਕਾਫਲਾ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਕਾਫਲਾ ਅਗਾਂਹ ਵਧਿਆ। ਥੋੜ੍ਹਾ ਜਿਹਾ ਅੱਗੇ ਜਾ ਕੇ ਬਾਬਾ ਜੀ ਦੇ ਜਿਨ ਵਿੱਚ ਇੱਕ ਗੱਲ ਆਈ, ਜਿਹੜਾ 10,000 ਸੂਰਮਾ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਲੈ ਕੇ ਚੱਲੇ ਇਹਨਾਂ ਦੀ ਪਰਖ ਵੀ ਕਰ ਲੈਣੀ ਚਾਹੀਦੀ, ਕਿਤੇ ਇਹ ਨਾ ਹੋਵੇ ਮੈਦਾਨੇ ਜੰਗ ਵਿੱਚ ਜੰਗ ਭਖੀ ਹੋਵੇ ਅਤੇ ਛੱਡ ਕੇ ਜੰਗ ਭੱਜ ਜਾਂਦੇ ਹੋਣ, ਕੌਮ ਦੀ ਕੰਢ ਲੱਗ ਜਾਵੇ, ਇਹਨਾਂ ਦੀ ਪਰਖ ਕਰਨੀ ਚਾਹੀਦੀ। ਬਾਬਾ ਜੀ ਨੇ ਦੁਤਾਰਾ ਖੰਡਾ ਬੇਮਿਆਨ ਕੀਤਾ। ਆਪ ਅੰਮ੍ਰਿਤਸਰ ਵਾਲੇ ਪਾਸੇ ਖਲੋ ਗਏ, ਕਾਫਲਾ ਪਿਛਲੇ ਪਾਸੇ ਸੀ। ਬਾਬਾ ਜੀ ਨੇ ਚੜ੍ਹਦੇ ਵਾਲੇ ਪਾਸਿਓਂ ਲਹਿੰਦੇ ਵਾਲੇ ਪਾਸੇ ਨੂੰ ਇੱਕ ਲੰਮੀ ਲਕੀਰ ਖਿੱਚ ਕੇ ਆਖਿਆ, ਉਹ ਕੌਮ ਦੇ ਜਥੇਦਾਰੋ, ਕੋਈ ਇਸ ਲੀਕ ਤੋਂ ਪਾਰ ਹੋਇਓ ਜਿਹਨੂੰ ਹਰਿਮੰਦਰ ਸਾਹਿਬ ਨਾਲ ਪਿਆਰ, ਜਿਹੜਾ ਜ਼ਿੰਦਗੀ ਨਾਲ ਪਿਆਰ ਕਰਦਾ ਲੀਕ ਤੋਂ ਪਾਰ ਨਾ ਹੋਇਓ ਕੋਈ ਗਿਲਾ ਨਹੀਂ, ਪਰ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲਾ ਸੂਰਮਾ ਹੀ ਇਸ ਲੀਕ ਤੋਂ ਪਾਰ ਹੋਇਓ, ਕਿਹੜਾ ਸੀ ਗੁਰੂ ਕਾ ਖੋਣ ਵਾਲਾ ਜਿਹੜਾ ਪਿੱਛੇ ਰਹਿ ਜਾਂਦਾ। 10,000 ਵਿੱਚੋਂ ਇੱਕ ਵੀ ਪਾਸੇ ਨਾ ਰਿਹਾ, ਛਾਲਾਂ ਮਾਰ ਕੇ ਲੀਕ ਟੱਪ ਗਿਆ। ਅਕਾਲ ਅਕਾਲ ਦੇ ਜੈਕਾਰੇ ਛੱਡਦੇ ਹੋਏ ਕੇਸਰੀ ਪਰਚਮ ਲਹਿਰਾਉਂਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਮਿੱਥੇ ਹੋਏ ਦਿਨ ਉੱਤੇ ਜਹਾਨ ਖਾਨ ਦੀਆਂ ਫੌਜਾਂ ਨੂੰ ਮੈਦਾਨ ਵਿੱਚ ਸ਼ਿਕਸ਼ਤ ਦੇਣ ਲਈ ਵਧਦੇ ਜਾ ਰਹੇ। 1757 ਈਸਵੀ ਦੇ 11 ਨਵੰਬਰ ਨੂੰ ਬਾਬਾ ਦੀਪ ਸਿੰਘ ਦੀ ਕਮਾਂਡ ਥੱਲੇ ਕਾਫਲਾ ਅੰਮ੍ਰਿਤਸਰ ਦੀ ਧਰਤੀ ਵੱਲੇ ਵੱਧਦਾ ਜਾ ਰਿਹਾ ਸੀ। ਜਹਾਨ ਖਾਨ ਨੂੰ ਸੂਜੇ ਨੇ ਖਬਰ ਦਿੱਤੀ, ਜਹਾਨ ਖਾਨ ਸਿੱਖਾਂ ਦਾ ਇੱਕ ਬੁੱਢਾ ਜਰਨਲ ਸੂਰਮਿਆਂ ਦਾ ਦਲ ਲੈ ਕੇ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਵੱਧ ਰਿਹਾ, ਅਤੇ ਜਹਾਨ ਖਾਨ ਨੇ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ ਅਤੇ ਗੋਲਵੜ ਦੇ ਮੈਦਾਨ ਵਿੱਚ ਬਾਬਾ ਜੀ ਦੀ ਉਡੀਕ ਕਰਨ ਲੱਗਾ। ਕੌਮ ਦੇ ਜਥੇਦਾਰ ਦੀ ਅਗਵਾਈ ਵਿੱਚ ਖਾਲਸਾ ਵੱਧਦਾ ਜਾ ਰਿਹਾ ਸੀ। ਗੋਲਵੜ ਦੇ ਮੈਦਾਨ ਵਿੱਚ ਹਲਾਲੀ ਝੰਡਾ ਲਹਿਰਾਉਂਦਾ ਵੇਖਿਆ ਖਾਲਸੇ ਦੇ ਜੋਸ਼ ਨੇ ਉਬਾਲਾ ਖਾਧਾ, ਕਰਕੇ ਤਲਵਾਰਾਂ ਬੇਮਿਆਨ ਪਾ ਕੇ ਘੋੜਿਆਂ ਦੇ ਕਾਠੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਨਗਾਰੇ ਦੇ ਚੋਟ ਲਾ ਕੇ ਛੱਡ ਕੇ ਅਕਾਲ ਅਕਾਲ ਦੇ ਜੈਕਾਰੇ ਦੁਸ਼ਮਣ ਦੀਆਂ ਫੌਜਾਂ ਉੱਤੇ ਮੁਕਾਬਲੇ ਵਿੱਚ ਸੂਰਿਆਂ ਨੂੰ ਚੜ ਗਈਆਂ ਲਾਲੀਆਂ।
शेर वांग वेख के शिकार इको वार या हो बोलिया एक बार हला खालसे ने बोलिया कहते सत करतार करतार लहू पीणिया में आना विचो कट के लहू पीणिया में आना विचो कट के हो गए जाल मारे सिर असवार ਉਹਨਾਂ ਪੱਥਿਆਂ ਚੋਂ ਕੱਢ ਲੈ ਕਰੂੰਡੀਏ ਉਹਨਾਂ ਪੱਥਿਆਂ ਚੋਂ ਕੱਢ ਲੈ ਕਰੂੰਡੀਏ ਚਾੜ ਤਣਖਾਂ ਤੇ ਲਾਈ ਟੁਣਕਾਰ तीर गोलियां गड़े वांग वस दे तीर गोलियां गड़े वांग वस दे लाए बैरियां दे जंग च सितार शीतल कईयां नूं चढ़ा के बेड़े मौत दे शीतल कईयां नूं चढ़ा के बेड़े मौत दे किता जिंदगी दे सागरों पार याद रहिंदियां रहिंदियां बहादरां तेरियां सेवा वाले एक महापुरश ने जिन्हों का नाम है संत बाबा अवतार सिंह जी करियाले वाले वो जवानी नू नशियां तो बचाने वास्ते बड़ा वड्डा एक यतन कर रहा है उन्होंने कबड्डी की अकैडमी खोली करियाले की धरती से जिथे वो नौजवानों नू बचाने वास्ते यतनशील ने उसके नाल नाल वो ढाडी कला नाल बड़ा प्यार कर जे हकीकत कहाँ तो ढाडी बनाने लई मेरे बारे उन्होंने बहुत वड्डा यतन किया उन्हां दी मेहरबानी है जिथे उन्होंने मैनू ढाडी बनाया विशेष तौर पर उन्होंने एक हुक्म भी किया उन्हों का हुक्म है जदों भी तुसी स्टेज उत्ते बोलो जिहड़ा ढाडी राग की कविता वार गाओ उसका नाँ दसो भी ये किहड़ी वार गाई जा रही ताकि स्रोते नूं पता लग सके ढाडी कला विच किहड़ी किहड़ी वार ये किवें विकसित होई और इसनूं क्यों गाया जांदा जिहड़ियां लाइनां तुसी सरवण कर रहे सी जिहड़ी चाल विच गाईआं जा रहीआं सन उहनूं दुल्हे दी वार कहा जांदा फरीद खान पट्टी दे घर विच लद्दी दी कुख तों बाप दी मौत तों बाद दुल्हा पैदा होया बार दे इलाके विच बड़ा वड्डा सूरमा सी सरकार दे खजाने लुटदा है ते लोकां दीआं धीआं दे विआह करदा है जिहदे सिर ते छत नहीं उहनूं घर बना के दिंदा है जिहदे बदन नूं कज्जण लई कपड़े नहीं उहनूं बस्तर लै के दिंदा है जदों किसे दी धी दा विआह अपने खर्चे ते करदा है सरकार दा खजाना लुट के उहदे सिर ते कपड़ा दिंदा है लाल रंग दा जिहनूं उस वेले सालू कहा जांदा सी उहदी झोली विच विदायगी वेले एक किलो शक्कर पाउंदा सी उस वेले सेर कहा जांदा सी लोहड़ी वाले दिन कुड़ियां उस दुल्हे नूं याद करदियां ने बड़ा सूरमा सी पर उपकारी सी तेरा कौन विचारा हो दुल्ला पट्टी वाला हो दुल्ले ती व्याई हो सिर शक्कर पाई ओ दुल्ले ते अकबर बादशाह दीआं फौजां चढ़ाई करके गईआं मैदाने जंग विच लड़िया राई सी अपने ढाडियां नूं नाल लैके गया उन्हें तलवार वाही ते अकबर बादशाह दीआं फौजां नूं समेत जरनैल मैदाने जंग विच चित कर दिता ज
ਜਦੋਂ ਜੰਗ ਜਿੱਤ ਕੇ ਆਪਣੇ ਪਿੰਡੀ ਭੱਟੀਆਂ ਆਇਆ, ਉਹਨੇ ਇੱਕ ਦਰਬਾਰ ਕੀਤਾ, ਸੂਰਮਿਆਂ ਨੂੰ ਇਨਾਮ ਕਨਾਮ ਦਿੱਤੇ। ਆਪਣੇ ਸਰਦਾਰ ਨੂੰ ਲੜਦਿਆਂ ਵੇਖਿਆ ਸੀ ਉਹਦੇ ਰਿੱਝੀ ਢਾਡੀਆਂ ਨੇ, ਤੇ ਉਹਦੀ ਸ਼ਾਨ ਵਿੱਚ ਇੱਕ ਵਾਰ ਗਾਈ ਜਿਸ ਦਾ ਨਾਮ ਦੁੱਲੇ ਦੀ ਵਾਰ ਦੀ ਚਾਲ ਪੈ ਗਿਆ। ਉਹ ਚਾਲ ਵਿੱਚ ਲਾਈਨਾਂ ਅਰਜ ਕੀਤੀਆਂ ਜਾ ਰਹੀਆਂ ਸਨ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਮਾਂਡ ਥੱਲੇ 11 ਨਵੰਬਰ 1757 ਈਸਵੀ ਨੂੰ ਇਹ ਸਿਰਲਾ ਯੋਧਿਆਂ ਦਾ ਕਾਫਲਾ ਜਹਾਨ ਖਾਜ ਦੀਆਂ ਫੌਜਾਂ 'ਤੇ ਟੁੱਟ ਕੇ ਪੈ ਗਿਆ। ਅਕਾਲ ਅਕਾਲ ਦੇ ਜੈਕਾਰੇ ਛੱਡ ਕੇ ਕੇਸਰੀ ਪਰਚਮ ਲਹਿਰਾਉਂਦਾ ਹੋਇਆ ਖਾਲਸਾ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਗੋੜਵਾਲ ਦੇ ਮੈਦਾਨ ਵਿੱਚ ਕੁੱਦਾ। ਜਦੋਂ ਸਿੰਘ ਸੂਰਮੇ ਜੁੱਟੇ ਦੁਸ਼ਮਣ ਦੇ ਨਾਲ ਲੜਾਈ ਆਰੰਭ ਹੋਈ, ਸਿੰਘਾਂ ਦੀ ਧਾਂਗ ਅੱਗੇ ਦੁਸ਼ਮਣ ਦੀਆਂ ਫੌਜਾਂ ਖਲੋ ਨਾ ਸਕੀਆਂ। ਜਹਾਨ ਖਾਂ ਅਗਵਾਈ ਕਰ ਰਿਹਾ ਸੀ, ਦੁਸ਼ਮਣ ਦੇ ਪੈਰ ਉਖੜ ਗਏ ਮੈਦਾਨੇ ਜੰਗ ਵਿੱਚੋਂ। ਇਤਿਹਾਸ ਦੇ ਪੰਨੇ ਦੱਸਦੇ ਨੇ ਜਹਾਨ ਖਾਨ ਨੇ ਤਲਵਾਰ ਬੇਮਿਆਨ ਕੀਤੀ ਤੇ ਜਿਹੜੇ ਭੱਜੇ ਜਾਂਦੇ ਸੀ ਨਾ ਉਹਨਾਂ ਦਾ ਰਾਹ ਰੋਕ ਕੇ ਆਖਿਆ, ਇੱਥੋਂ ਲਾਹੌਰ ਬੜੀ ਦੂਰ ਹੈ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਥੋਂ ਭੱਜੇ ਜਾਂਦਿਆਂ ਨੂੰ? 5-7 ਬੰਦੇ ਉਹਨੇ ਆਪਣੀ ਤੇਗ ਨਾਲ ਆਪਣੇ ਹੀ ਮਾਰ ਦਿੱਤੇ ਤੇ ਉਹਨਾਂ ਨੂੰ ਲਲਕਾਰ ਕੇ ਸਿੱਖਾਂ ਦੇ ਮੁਕਾਬਲੇ ਲਈ ਖੜਾ ਕਰ ਦਿੱਤਾ। ਲੜਾਈ ਆਰੰਭ ਹੋਈ, ਥਾਂ ਥਾਂ 'ਤੇ ਜੰਗ ਲੜੀ ਜਾ ਰਹੀ ਸੀ। ਕਿਧਰੇ ਕੋਈ ਸੂਰਮਾ ਤਲਵਾਰ ਬੇਮਿਆਨ ਕਰਕੇ ਹਰਿਮੰਦਰ ਦੀ ਆਜ਼ਾਦੀ ਲਈ ਲੜ ਰਿਹਾ ਸੀ, ਕਿਧਰੇ ਕੋਈ ਲੜ ਰਿਹਾ ਸੀ। ਇੱਕ ਪਾਸੇ ਯਾਕੂਬ ਖਾਨ ਲੜ ਰਿਹਾ ਸੀ, ਇੱਕ ਪਾਸੇ ਕੋਈ ਕਾਜ਼ੀ ਲੜ ਰਿਹਾ ਸੀ ਅਮੀਰ ਜਾਨ ਖਾਨ, ਇੱਕ ਪਾਸੇ ਜ਼ਬਰਦਸਤ ਖਾਨ ਲੜ ਰਿਹਾ ਸੀ, ਇੱਕ ਪਾਸੇ ਰੁਸਤਮ ਲੜ ਰਿਹਾ ਸੀ। ਲੜਦਿਆਂ ਲੜਦਿਆਂ ਬਾਬਾ ਨੌਤ ਸਿੰਘ ਦੇ ਮੁਕਾਬਲੇ ਉੱਤੇ ਪੱਟੀ ਦਾ ਫੌਜਦਾਰ ਕਾਸਮ ਬੇਗ ਆ ਗਿਆ। 92 ਸਾਲ ਦਾ ਬਾਬਾ ਕਾਸਮ ਬੇਗ ਨੇ ਵੇਖਿਆ, ਚੜ੍ਹਦੀ ਜਵਾਨੀ ਜਰਨੈਲ ਸੀ, ਉਹਨੇ ਆਖਿਆ, ਬਾਬਾ ਮੇਰੀਆਂ ਨਜ਼ਰਾਂ ਤੋਲੇ ਹੋ ਜਾ, ਤੂੰ ਮੇਰੀ ਤਲਵਾਰ ਦੀ ਧਾਂਕ ਨਹੀਂ ਚੱਲ ਸਕੇਗਾ। ਬਾਬਾ ਨੌਤ ਸਿੰਘ ਨੇ ਆਖਿਆ, ਬੜਾ ਵੱਡਾ ਭੁਲੇਖੇ ਦਾ ਸ਼ਿਕਾਰ ਹੋ ਗਿਆ ਜਵਾਨ, ਤੈਨੂੰ ਮੇਰੇ ਚਿਹਰੇ ਤੋਂ ਬੁਢਾਪਾ ਭਾਸਦਾ ਨਜ਼ਰ ਆਉਂਦਾ ਹੈ, ਜਦੋਂ ਮੇਰੀ ਤਲਵਾਰ ਚੱਲੀ ਤੂੰ ਇੱਕ ਵੀ ਵਾਰ ਨਹੀਂ ਚੱਲਣਾ। ਜਵਾਨੀ ਨੇ ਬੁਢਾਪੇ ਨੂੰ ਫਿਰ ਵੰਗਾਰਿਆ, ਜਾ ਚਲੇ ਜਾ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਕੰਧਾਂ ਦੇ ਪਰਛਾਵੇਂ ਗੁਜ਼ਾਰ ਲੈ। ਬਾਬਾ ਨੌਤ ਸਿੰਘ ਨੇ ਆਖਿਆ, ਤਲਵਾਰ ਪਰਕੀ ਵੇਖ ਲੈ। ਗਿਲੇ ਵਿੱਚ ਆਏ ਹੋਏ ਪੱਟੀ ਦੇ ਫੌਜਦਾਰ ਕਾਸਮ ਬੇਗ ਨੇ ਤਲਵਾਰ ਬੇਮਿਆਨ ਕੀਤੀ। ਬਾਬਾ ਜੀ ਨੇ ਆਖਿਆ, 3 ਵਾਰ ਕਰ ਲੈ ਫਿਰ ਮੈਂ ਵਾਰ ਕਰਾਂ। ਕਾਸਮ ਬੇਗ ਨੇ ਵਾਰ ਕੀਤਾ, ਬਾਬਾ ਨੌਤ ਸਿੰਘ ਨੇ ਰੋਕਿਆ। ਦੂਜਾ ਵਾਰ ਕੀਤਾ, ਬਾਬਾ ਜੀ ਨੇ ਫਿਰ ਰੋਕਿਆ। ਇੱਕ ਪਾਸੇ ਜਵਾਨੀ ਵਾਰ ਕਰ ਰਹੀ ਸੀ, ਬੁਢਾਪਾ ਰੋਕ ਰਿਹਾ ਸੀ। 3 ਵਾਰ ਪੱਟੀ ਦੇ ਫੌਜਦਾਰ ਕਾਸਮ ਬੇਗ ਨੇ ਬਾਬਾ ਨੌਤ ਸਿੰਘ ਉੱਤੇ ਕੀਤੇ, 3 ਵਾਰ ਬੁੱਢੇ ਜਰਨੈਲ ਨੇ ਢਾਲੇ 'ਤੇ ਰੋਕ ਲਿਆ। ਵਾਰੀ ਆਈ ਸੂਰਮੇ ਦੀ, ਆਖਿਆ, ਕਾਸਮ ਬੇਗ ਜ਼ਰਾ ਸੰਭਲ ਕੇ, ਤਲਵਾਰ ਬੇਮਿਆਨ ਕਰਕੇ ਕਾਸਮ ਬੇਗ 'ਤੇ ਐਸਾ ਭਰਵਾਂ ਵਾਰ ਕੀਤਾ, ਫਲਾਦੀ ਸੰਜੋਰ ਨੂੰ ਕੱਟ ਕੇ ਉਹਦੇ ਜਿਸਮ ਦੇ 2 ਟੁੱਟੇ ਕਰ ਦਿੱਤੇ। ਕਾਸਮ ਬੇਗ ਮੈਦਾਨੇ ਜੰਗ ਵਿੱਚ ਮਾਰਿਆ ਗਿਆ। ਬਾਬਾ ਜੀ ਦੁਸ਼ਮਣ ਦੇ ਘੇਰੇ ਵਿੱਚ ਆ ਕੇ ਸ਼ਹਾਦਤ ਦਾ ਜੰਮ ਪੀ ਗਿਆ। ਜਿੱਥੇ ਬਾਬਾ ਨੌਤ ਸਿੰਘ ਜੀ ਸ਼ਹੀਦ ਹੋਏ ਉੱਥੇ ਉਹਨਾਂ ਦੀ ਯਾਦ ਵਿੱਚ ਬੁੰਗਾ ਬਣਿਆ ਹੈ। ਸਿੱਖ ਲੰਘਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਨਮਸਕਾਰ ਕਰਕੇ ਲੰਘਦੇ। ਥੋੜ੍ਹਾ ਜਿਹਾ ਚੜ੍ਹਦੇ ਵਾਲੇ ਪਾਸੇ ਵੇਖੀਏ ਤਾਂ ਸਰਦਾਰ ਬਲਵੰਤ ਸਿੰਘ, ਇਹਨੇ ਜ਼ਬਰਦਸਤ ਖਾਂ ਨੂੰ ਵੇਖਿਆ। ਚੱਕਰਧਾਰੀ ਸੂਰਮਾ ਸੀ ਨਿਹੰਗ ਸਿੰਘ ਦਮਾਲਿਆਂ ਦੇ, ਉੱਤੋਂ ਦੀ ਚੱਕਰ ਪਾ ਕੇ ਰੱਖਦੇ ਨੇ। ਇਹਦੇ 2 ਫਾਇਦੇ ਨੇ, ਚੱਕਰ ਨੂੰ ਧਾਰ ਲਾ ਕੇ ਰੱਖਣੀ ਚਾਹੀਦੀ, ਚੱਕਰ ਚਲਾਉਣਾ ਵੀ ਆਉਣਾ ਚਾਹੀਦਾ। ਚੱਕਰ ਨੂੰ ਉਂਗਲੀ 'ਤੇ ਘੁਮਾ ਕੇ ਛੱਡਿਆ ਜਾਵੇ ਦੁਸ਼ਮਣ ਵੱਲੇ, ਇਹ ਜਿੱਥੇ ਵੱਜਦਾ ਹੈ ਗਹਿਰਾ ਜ਼ਖਮ ਕਰ ਜਾਂਦਾ। ਬਾਬਾ ਬਲਵੰਤ ਸਿੰਘ ਦੀ ਖਾਸੀਅਤ ਸੀ, ਇਹ ਦਮਾਲੇ 'ਤੇ ਚੱਕਰ ਪਾ ਕੇ ਰੱਖਦੇ ਸਨ, ਵੀਣਿਆਂ ਵਿੱਚ ਵੀ ਚੱਕਰ ਪਾ ਕੇ ਰੱਖਦੇ ਸੀ, ਲੋੜ ਵੇਲੇ ਵਰਤੋਂ ਵਿੱਚ ਲਿਆਉਂਦੇ ਸਨ, ਔਰ ਉਹਦੀ ਧਾਰ ਧਾ ਕੇ ਰੱਖਦੇ ਸਨ। ਜ਼ਬਰਦਸਤ ਖਾਨ ਸਾਹਮਣੇ ਆਇਆ, ਘੋੜੇ 'ਤੇ ਚੜ੍ਹਿਆ ਹੋਇਆ, ਬਾਬਾ ਜੀ ਨੇ ਚਲਾਇਆ ਚੱਕਰ, ਉਹਦੀ ਗਰਦਨ 'ਤੇ ਚੱਲਿਆ ਇੰਨੀ ਤੇਜ਼ੀ ਨਾਲ, ਸੂਰਮੇ ਦਾ ਚੱਕਰ ਉਹਦੀ ਗਰਦਨ 'ਤੇ ਚੱਲਿਆ, ਉਹਦੇ ਧੜ ਨਾਲੋਂ ਸਿਰ ਵੱਖਰਾ ਕਰ ਦਿੱਤਾ, ਮਾਰਿਆ ਗਿਆ ਜ਼ਬਰਦਸਤ ਖਾਂ ਮੈਦਾਨੇ ਜੰਗ ਵਿੱਚ। ਇਹਦੇ ਭਰਾ ਰੁਸਤਮ ਖਾਨ ਨੇ ਆਪਣੇ ਭਰਾ ਦੀ ਲਾਸ਼ ਨੂੰ ਤੜਪਦਿਆਂ ਵੇਖਿਆ। ਰੁਸਤਮ ਖਾਨ ਬਾਬਾ ਜੀ ਵੱਲੇ ਵਧਿਆ ਅਤੇ ਆਖਿਆ, ਉਹ ਬਲਵੰਤ ਸਿੰਘ ਆ, ਇਹ ਕਿੱਧਰ ਦਾ ਨਿਆਂ ਹੈ? ਇਹ ਕੋਈ ਸੂਰਮਤਾਈ ਨਹੀਂ, ਦੂਰੋਂ ਦੂਰੋਂ ਚੱਕਰਾਂ ਨਾਲ ਵਾਰ ਕਰਨੇ, ਜੇ ਬਾਜੂਆਂ ਵਿੱਚ ਤੱਕਦਾ ਤਾਂ ਤਲਵਾਰੀ ਟੱਕਰ ਕੇ ਵੇਖ। ਬਾਬਾ ਜੀ ਨੇ ਆਖਿਆ, ਤੇਰਾ ਨਾਮ ਤੇਰੇ ਮਾਪਿਆਂ ਨੇ ਰੁਸਤਮ ਖਾਨ ਰੱਖਿਆ ਹੈ, ਮੇਰੇ ਮਾਪਿਆਂ ਨੇ ਮੇਰਾ ਨਾਮ ਬਲਵੰਤ ਸਿੰਘ ਰੱਖਿਆ ਹੈ, ਜ਼ੋਰ ਜਮਾਇਸ਼ੀ ਹੋਵੇਗੀ ਤੂੰ ਆਪਣਾ ਚਾਰਾ ਲਾ ਲੈ। ਦੋਵੇਂ ਸੂਰਮਿਆਂ ਵਿੱਚ ਕੋਈ ਕਮੀ ਨਹੀਂ ਸੀ, ਤਲਵਾਰਾਂ ਬੇਮਿਆਨ ਕਰਕੇ ਟੱਕਰੇ ਅਤੇ ਲੜਦੇ ਲੜਦੇ ਸਾਂਝੇ ਵਾਰ ਨਾਲ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜੰਮ ਪਿਆ। ਜਿੱਥੇ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਬਣਿਆ ਬੇਰ ਸਾਹਿਬ। ਉੱਥੇ ਬੜਾ ਭਾਰੀ ਪ੍ਰਬੰਧਕ ਕਮੇਟੀ ਵੱਲੋਂ ਜੋੜ ਮੇਲਾ ਲਾਇਆ ਜਾਂਦਾ ਹੈ। ਜਦੋਂ ਕਿਤੇ ਵਕਤ ਮਿਲਿਆ, ਬਾਬਾ ਨੌਰ ਸਿੰਘ ਦੇ ਸਮਾਧੇ ਦੇ ਪਿਛਲੇ ਪਾਸੇ ਵਰਪਾਲਾਂ ਵਾਲੀ ਸਾਈਡ 'ਤੇ ਬਾਬਾ ਬਲਵੰਤ ਸਿੰਘ ਦੀ ਯਾਦ ਵਿੱਚ ਦਰਬਾਰ ਬਣਿਆ। ਇੱਕ ਬੇਰੀ ਦਾ ਦਰਖਤ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਾਉਂਦਾ ਹੈ। ਉਸ ਵੇਲੇ ਦੀ ਬੇਰੀ ਅਜੇ ਵੀ ਉੱਥੇ ਮੌਜੂਦ। ਤੋਂ ਬਾਬਾ ਬਲਵੰਤ ਸਿੰਘ ਜੀ ਸ਼ਹਾਦਤ ਦਾ ਜੰਮ ਪੀ ਗਏ। ਸਰਦਾਰ ਦਿਆਲ ਸਿੰਘ ਸੈਂਸਰੇ ਵਾਲਾ ਮੈਦਾਨੇ ਜੰਗ ਵਿੱਚ ਲੜ ਰਿਹਾ ਸੀ। ਅਮੀਰ ਜਾਨ ਖਾਨ ਨੇ ਵੇਖਿਆ ਵੀ ਤਲਵਾਰ ਅੱਗੇ ਕੋਈ ਨਹੀਂ ਅੜਦਾ, ਹਾਥੀ ਦੀ ਹਮਾਰੀ ਵਿੱਚ ਸਵਾਰ ਹੋਇਆ, ਅਗਾਂਹ ਵਧਿਆ। ਬਾਬਾ ਦਿਆਲ ਸਿੰਘ ਦੀ ਨਜ਼ਰੀ ਪੈ ਗਿਆ, ਗੁਰੂ ਦਾ ਸੂਰਮਾ ਉਹਦੀ ਸਦਾਈ ਕਿਵੇਂ ਕਰਦਾ ਹੈ? ਢਾਡੀ ਕਲਾ ਦੀ ਇੱਕ ਪੁਰਾਤਨ ਵਣਗੀ ਜਿਹਨੂੰ ਹੀਰ ਵਾਰ ਕਿਹਾ ਜਾਂਦਾ ਹੈ। ਕਦੇ ਬਜ਼ੁਰਗ ਹੀਰ ਗਾਇਆ ਕਰਦੇ ਸਨ ਪਿੰਡਾਂ ਦੀਆਂ ਸੱਥਾਂ ਵਿੱਚ, ਬਜ਼ੁਰਗ ਢਾਡੀ ਗਾਇਆ ਕਰਦੇ ਸਨ ਪਿੰਡਾਂ ਦੀਆਂ ਸੱਥਾਂ ਵਿੱਚ। ਉਹ ਪੁਰਾਤਨ ਰਾਗ ਨੂੰ ਕਾਇਮ ਰੱਖਣ ਵਾਸਤੇ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ। ਹੀਰ ਵਾਰ ਦੀ ਚਾਲ ਵਿੱਚ ਲਾਈਨਾਂ ਅਰਜ ਕੀਤੀਆਂ ਜਾ ਰਹੀਆਂ ਨੇ।
ਅਮੀਰ ਜਾਨ ਖਾਨ ਹਾਥੀ ਛੇੜ ਕੇ ਬਾਬਾ ਦਿਆਲ ਸਿੰਘ ਸੈਂਸਰੇ ਵਾਲੇ ਦੇ ਮੁਕਾਬਲੇ ਤੇ ਮੈਦਾਨੇ ਜੰਗ ਵੱਲੇ ਵੱਧ ਰਿਹਾ ਤੇ ਬਾਬਾ ਜੀ ਉਹਨੂੰ ਮੈਦਾਨੇ ਜੰਗ ਵਿੱਚ ਆਪਣੀ ਤੇਗ ਦੀ ਧਾਰ ਕਿਵੇਂ ਲੰਘਾਉਂਦੇ ਨੇ ਇਹਨਾਂ ਲਾਈਨਾਂ ਰਾਹੀਂ ਇਹ ਹੋਰ ਜੀ Thank you.
ਖਾਲਸੇ ਵੱਲੇ ਵਾਧੇ ਹਾਥੀ ਦੀ ਹਮਾਰੀ ਵਿੱਚ ਬੈਠੇ ਹੋਏ ਅਮੀਰ ਜਾਨ ਖਾਨ ਨੂੰ ਬਾਬਾ ਦਿਆਲ ਸਿੰਘ ਨੇ ਵੇਖਿਆ ਤੇ ਆਵਾਜ਼ ਮਾਰ ਕੇ ਟਕਾ ਲਿਆ। ਅਮੀਰ ਜਾਨ ਖਾਨ ਨੇ ਆਪਣਾ ਹਾਥੀ ਰੋਕਿਆ ਔਰ ਸਿੱਖ ਉੱਤੇ ਤੀਰਾਂ ਦੀ ਝੜੀ ਲਾ ਦਿੱਤੀ। ਬਾਬਾ ਦਿਆਲ ਸਿੰਘ ਜੀ ਨੇ ਮੋੜਵਾ ਐਸਾ ਤੀਰ ਉਹਦੀ ਛਾਤੀ ਵਿੱਚ ਮਾਰਿਆ ਜਿਵੇਂ ਅਸਮਾਨ ਵਿੱਚੋਂ ਤਾਰਾ ਟੁੱਟ ਕੇ ਡਿੱਗਦਾ। ਇਸ ਤਰ੍ਹਾਂ ਹਾਥੀ ਦੀ ਹਮਾਰੀ ਵਿੱਚ ਉਹਦੀ ਲੋਥ ਤੜਪਣ ਲੱਗੀ। ਗੁਰੂ ਕੇ ਸਿੱਖ ਨੇ ਇਸ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ। ਅਮੀਰ ਜਾਨ ਖਾਨ ਮਾਰਿਆ ਗਿਆ। ਜਹਾਨ ਖਾਨ ਦੀਆਂ ਫੌਜਾਂ ਮੈਦਾਨੇ ਜੰਗ ਵਿੱਚ ਮਾਰੀਆਂ ਜਾ ਰਹੀਆਂ ਸਨ। ਸ਼ਹਾਦਤ ਦਾ ਜਾਮ ਤਾਂ ਸਿੱਖ ਵੀ ਪੀ ਰਹੇ ਸਨ ਪਰ ਦੁਸ਼ਮਣ ਬਹੁਤਾਤ ਵਿੱਚ ਮਾਰਿਆ ਜਾ ਰਿਹਾ ਸੀ। ਕੌਮ ਦੇ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਮੈਦਾਨੇ ਜੰਗ ਵਿੱਚ ਲੜ ਰਹੇ ਨੇ। ਯਾਕੂਬ ਖਾਨ ਮੁਕਾਬਲੇ ਉੱਤੇ ਆਇਆ। ਬਾਬਾ ਜੀ ਨੇ ਤੇਗ ਦੀ ਧਾਰ ਲੰਘਾ ਦਿੱਤਾ। ਜਹਾਨ ਖਾਨ ਦੀਆਂ ਫੌਜਾਂ ਵਿੱਚ ਭਾਜੜਾਂ ਪੈ ਰਹੀਆਂ ਸਨ। ਕੋਈ ਸੂਰਮਾ ਉਹਦੇ ਕੋਲ ਬਾਕੀ ਨਹੀਂ ਸੀ ਬਚਿਆ ਜਿਹਨੂੰ ਮੈਦਾਨ ਵਿੱਚ ਬਾਬਾ ਜੀ ਦੇ ਮੁਕਾਬਲੇ 'ਤੇ ਭੇਜਦਾ। ਉਹਦੀ ਨਜ਼ਰ ਇੱਕ ਐਸੇ ਸੂਰਮੇ 'ਤੇ ਪਈ ਜਿਹੜਾ ਬਾਕੀ ਸੀ। ਉਹਦਾ ਨਾਮ ਸੀ ਇਤਿਹਾਸ ਦੇ ਪੰਨਿਆਂ 'ਤੇ ਜਮਾਲ ਖਾਂ ਵੀ ਆਉਂਦਾ ਔਰ ਇਮਾਨ ਖਾਨ ਵੀ ਆਉਂਦਾ। ਇੱਕੇ ਬੰਦੇ ਦੇ ਨੌਂ ਵੱਖ ਵੱਖ ਨਾਵਾਂ ਨਾਲ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ। ਇਮਾਨ ਖਾਨ ਵੀ ਉਹਨੂੰ ਕਿਹਾ ਜਾਂਦਾ ਔਰ ਜਮਾਲ ਖਾਂ ਵੀ ਕਿਹਾ ਜਾਂਦਾ। ਜਹਾਨ ਖਾਂ ਨੇ ਆਖਿਆ ਇਮਾਨ ਖਾਨ ਇਹ ਜਥੇਦਾਰ ਮੈਦਾਨੇ ਜੰਗ ਵਿੱਚ ਤਲਵਾਰ ਚਲਾ ਰਿਹਾ ਉਹਦੇ ਸਾਹਮਣੇ ਅੜਦਾ ਕੋਈ ਨਹੀਂ, ਤੇਰੇ ਵਰਗਾ ਸੂਰਮਾ ਕੋਈ ਨਹੀਂ ਉਹਦੇ ਮੁਕਾਬਲੇ 'ਤੇ ਜਾ। ਜੇ ਸਿੰਘ ਨਾਲ ਸ਼ਹਾਦਤ ਦਾ ਜਾਮ ਪੀਤਾ ਤੇ ਯਾਦ ਰੱਖੀ ਸਾਡੇ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਜਾਏਗਾ। ਇਮਾਨ ਖਾਨ ਜਹਾਨ ਖਾਨ ਦਾ ਭੇਜਿਆ ਹੋਇਆ ਬਾਬਾ ਦੀਪ ਸਿੰਘ ਸਾਹਿਬ ਵੱਲੇ ਵਧਿਆ। ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਹੈ ਨਾ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਤਲਵਾਰ ਬੇਬਿਆਨ ਕਰਕੇ ਢਾਲਾ ਹੱਥ ਵਿੱਚ ਫੜ ਕੇ ਇਮਾਨ ਖਾਨ ਦੇ ਸਾਹਮਣੇ ਆਏ। ਇਮਾਨ ਖਾਨ ਵੀ ਮਹਾਨ ਸੂਰਮਾ ਸੀ, ਦੋਵਾਂ ਵਿੱਚ ਕੋਈ ਕਮੀ ਨਹੀਂ। ਇੱਕ ਪਾਸੇ ਬਾਬਾ ਦੀਪ ਸਿੰਘ ਸਾਹਿਬ ਜੀ, ਇੱਕ ਪਾਸੇ ਇਮਾਨ ਖਾਨ, ਦੋਨੇ ਸੂਰਮੇ ਆਪੋ ਆਪਣੇ ਧਰਮ ਦੀ ਖਾਤਰ ਮੈਦਾਨੇ ਜੰਗ ਵਿੱਚ ਲੜ ਰਹੇ ਨੇ। ਆਓ ਜ਼ਰਾ ਦੀਦਾਰ ਕਰੀਏ ਕਿਵੇਂ ਸੂਰਮੇ ਭਿੜਦੇ ਨੇ ਆਪਸ ਵਿੱਚ ਦੀ ਮੈਂ ਯਾਦ ਕਰਵਾ ਦੇਵਾਂ। ਦੁਨੀਆਂ ਦੀਆਂ ਕੌਮਾਂ ਵਿੱਚੋਂ ਸਾਰਿਆਂ ਤੋਂ ਲੜਾਕੀਆਂ ਕੌਮਾਂ ਨੇ ਪਠਾਣ ਅਤੇ ਸਿੱਖ। ਇਹਨਾਂ ਵਰਗਾ ਦੁਨੀਆਂ ਵਿੱਚ ਕੋਈ ਸੂਰਮਾ ਨਹੀਂ। ਪਠਾਣ ਇਮਾਨ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਾਨ ਸੂਰਮੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੁਕਾਬਲੇ ਉੱਤੇ ਮੈਦਾਨੇ ਜੰਗ ਵਿੱਚ ਹੈ ਅਤੇ ਕਲਗੀ ਵਾਲੇ ਪਾਤਸ਼ਾਹ ਦੇ ਖੋਣ ਵਾਲੇ ਬਾਬਾ ਦੀਪ ਸਿੰਘ ਜੀ ਉਹਦਾ ਮੁਕਾਬਲਾ ਕਰ ਰਹੇ ਨੇ। ਦੋਵੇਂ ਸੂਰਮੇ ਮੈਦਾਨੇ ਜੰਗ ਵਿੱਚ ਕਿਵੇਂ ਲੜਦੇ ਨੇ? ਢਾਲਵੀਂ ਵਾਰ ਦੀ ਚਾਲ ਵਿੱਚ ਲਾਈਨਾਂ ਅਰਜ ਕੀਤੀਆਂ ਜਾ ਰਹੀਆਂ ਨੇ। ਢਾਲਵੀਆਂ ਨੂੰ ਇਸ ਲਈ ਕਿਹਾ ਜਾਂਦਾ ਵੀ ਇੱਕ ਪੰਕਤੀ ਕਹਿ ਕੇ ਅੱਧੀ ਅਗਲੀ ਫੜੀ ਜਾਂਦੀ, ਢਾਲ ਦਿੱਤੀ ਜਾਂਦੀ ਹੈ ਵਾਰ। ਢਾਲਵੀਂ ਵਾਰ ਦੀ ਚਾਲ ਵਿੱਚ ਲਾਈਨਾਂ ਅਰਜ ਕੀਤੀਆਂ ਜਾ ਰਹੀਆਂ। ਦਰਸ਼ਨ ਕਰੋ ਜਿਸ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਮੁਬਾਰਕ ਜਨਮ ਦਿਹਾੜਾ ਮਨਾ ਰਹੇ ਹੋ, ਉਹਨਾਂ ਨੇ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਮੈਦਾਨੇ ਜੰਗ ਵਿੱਚ ਤੇ ਕਿਵੇਂ ਚਲਾਈ ਇਹਨਾਂ ਲਾਈਨਾਂ ਰਾਹੀਂ ਇਹ ਉੱਠ।
ਜਿਨ੍ਹਾਂ ਦੋਵਾਂ ਦੇ ਦਿਲ ਵਿੱਚ ਸੀ ਤੇ ਚੜੇ ਕਰ ਦੇਤਾ ਉਹਨਾਂ ਇੱਕ ਦੂਜੇ ਵੱਲ ਵੇਖਿਆ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਨ ਸੂਰਮੇ ਸਨ ਇਮਾਨ ਖਾਂ ਵਿੱਚ ਵੀ ਕੋਈ ਕਮੀ ਬਾਕੀ ਨਹੀਂ ਬਰਾਬਰ ਦੇ ਦੋਵੇਂ ਸੂਰਮੇ ਤਲਵਾਰਾਂ ਬੇਮਿਆਨ ਕਰਕੇ ਇੱਕ ਦੂਜੇ ਨਾਲ ਭਿੜ ਰਹੇ ਸਨ ਇੱਕ ਵਾਰ ਕਰ ਰਿਹਾ ਸੀ ਦੂਜਾ ਰੋਕ ਰਿਹਾ ਸੀ ਦੂਜਾ ਵਾਰ ਕਰਦਾ ਸੀ ਦੂਜਾ ਰੋਕਦਾ ਸੀ ਲੜਦਿਆਂ ਲੜਦਿਆਂ ਢਾਲਾਂ ਦੇ ਫੁੱਲ ਚੜ ਗਏ ਤੇ ਢਾਲਾਂ ਨਕਾਰੀਆਂ ਹੋ ਗਈਆਂ
ਇੱਕ ਵਾਰ ਕਰਦਾ ਦੂਜਾ ਤਲਵਾਰ ਤੇ ਰੁਕਦਾ ਹੈ, ਦੂਜਾ ਵਾਰ ਕਰਦਾ ਹੈ ਪਹਿਲਾਂ ਤਲਵਾਰ ਤੇ ਰੁਕਦਾ। ਲੜਦਿਆਂ ਲੜਦਿਆਂ ਦੋਨਾਂ ਪਾਸਿਆਂ ਦੇ ਕੌਮੀ ਸੂਰਮਿਆਂ ਨੇ ਤਲਵਾਰਾਂ ਹਵਾ ਵਿੱਚ ਉਲਾਰੀਆਂ ਤੇ ਇੱਕ ਦੂਜੇ ਉੱਤੇ ਵਾਰ ਕੀਤਾ। ਦੋਨਾਂ ਦੇ ਇੱਕ ਦੂਜੇ ਉੱਤੇ ਸਾਂਝੇ ਵਾਰ ਹੋ ਗਏ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਚੱਲੀ ਹੋਈ ਤਲਵਾਰ ਇਮਾਨ ਖਾਨ ਦੀ ਗਰਦਨ ਤੇ ਅੰਡ ਗਈ। ਇਮਾਨ ਖਾਨ ਦੀ ਚਲਾਈ ਹੋਈ ਤਲਵਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗਰਦਨ ਉੱਤੇ ਅੜ ਗਈ। ਦੋਵੇਂ ਸੂਰਮੇ ਮੈਦਾਨੇ ਜੰਗ ਵਿੱਚ ਡਿੱਗ ਪਏ। ਇਮਾਨ ਖਾਨ ਮੈਦਾਨੇ ਜੰਗ ਵਿੱਚ ਮਾਰਿਆ ਗਿਆ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਹੋਣੀ ਪ੍ਰਗਟ ਹੋ ਗਈ। ਜਿਹਨੇ ਕਦੇ ਆਖਿਆ ਸੀ ਦੀਪ ਸਿੰਘਾ ਅਰਦਾਸ ਤੇ ਕਰ ਬੈਠਾ ਪਰ ਭੁਲੇਖਾ ਖਾ ਗਿਆ, ਮੈਂ ਕਦੇ ਕਿਸੇ ਦੇ ਵਚਨ ਪੂਰੇ ਨਹੀਂ ਹੋਣ ਦਿੱਤੇ, ਸੰਸਾਰ ਵਿੱਚ ਮੈਂ ਰਾਵਣ ਵਰਗਿਆਂ ਨੂੰ ਬਖਸ਼ਿਆ ਤੇ ਸਿੰਘ ਨੇ ਆਖਿਆ ਸੀ ਮਰਦ ਜੋ ਕਹਤੇ ਹੈ ਕਰਕੇ ਵੀ ਦਿਖਾ ਦਿੱਤੇ, ਹੁਣ ਇਹ ਮੈਂ ਰਾਵਣ ਨਹੀਂ ਮੈਂ ਕਲਗੀ ਵਾਲੇ ਪਾਤਸ਼ਾਹ ਦਾ ਸਿੰਘ ਹਾਂ। ਮੈਂ ਵਾਅਦਾ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਹੜੀ ਅਰਦਾਸ ਕੀਤੀ, ਜਿੰਨਾ ਚਿਰ ਹਰਿਮੰਦਰ ਸਾਹਿਬ ਯਾਦ ਨਹੀਂ ਕਰਵਾ ਲੈਂਦਾ ਉਹਨਾਂ ਚਿਰ ਜਿਉਂਦਾ ਰਹਾਂਗਾ। ਜ਼ਿਕਰ ਕੀਤਾ ਇਤਿਹਾਸਕਾਰਾਂ ਨੇ, ਹੁਣੀ ਨੇ ਆਖਿਆ ਬਾਬਾ ਦੀਪ ਸਿੰਘਾ ਅਰਦਾਸ ਤੂੰ ਕੀਤੀ ਸੀ, ਮੈਂ ਆਖਿਆ ਸੀ ਪੂਰੀ ਨਹੀਂ ਹੋਣ ਦੇਣੀ ਤੇ ਨਹੀਂ ਹੋਣ ਦਿੱਤੀ। ਤੂੰ ਅਰਦਾਸ ਕੀਤੀ ਸੀ ਜਿੰਨਾ ਚਿਰ ਹਰਿਮੰਦਰ ਸਾਹਿਬ ਯਾਦ ਨਹੀਂ ਕਰਵਾ ਲੈਂਦਾ ਉਹਨਾਂ ਚਿਰ ਜਿਉਂਦਾ ਰਹਾਂਗਾ, ਤੇ ਹਰਿਮੰਦਰ ਸਾਹਿਬ ਤੇ ਅਜੇ ਕਾਫੀ ਦੂਰ ਹੈ। ਜੋਗੀ ਜੀ ਨੇ ਬੜੇ ਪਿਆਰ ਦੇ ਲਹਿਜੇ ਵਿੱਚ ਆਖਿਆ, ਕਿਸੇ ਲਾਗੇ ਖੜੇ ਨਿਹੰਗ ਸਿੰਘ ਨੇ ਆਖਿਆ ਹੋਣੀਏ ਅਜੇ ਬਾਬਾ ਦੀਪ ਸਿੰਘ ਦਾ ਕੀ ਵਿਗੜ ਗਿਆ, ਸਿੰਘ ਤੇ ਤਿੰਨਾਂ ਦਿਨਾਂ ਦਾ ਸ਼ਹੀਦ ਹੋਇਆ ਹੋਵੇ ਤੇ ਦੁਸ਼ਮਣ ਲਈ ਲੜਨ ਲਈ ਤਿਆਰ ਹੋ ਜਾ। ਬਾਬਾ ਦੀਪ ਸਿੰਘ ਸਾਹਿਬ ਜੀ ਉੱਠੇ, ਛਾਲ ਮਾਰ ਕੇ ਸੂਰਮਾ ਉੱਠਿਆ, ਆਪਣਾ ਲੱਥਾ ਹੋਇਆ ਸੀਸ ਖੱਬੀ ਤਲੀ ਤੇ ਟਿਕਾ ਲਿਆ। ਇਮਾਨ ਖਾਨ ਨਾਲ ਤਲਵਾਰ ਨਾਲ ਟਕਰੇ ਸਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਲੀ ਤੇ ਸੀਸ ਰੱਖ ਕੇ 18 ਸਿਰ ਦਾ ਖੰਡਾ ਵੀ ਮਿਆਨ ਕਰ ਲਿਆ। ਦੁਨੀਆ ਤੋਂ ਅਨੋਖਾ ਸੂਰਮਾ, ਦੁਨੀਆ ਤੋਂ ਅਨੋਖੀ ਸ਼ਹਾਦਤ, ਦੁਨੀਆ ਤੋਂ ਅਨੋਖੀ ਅਰਦਾਸ। ਐਵੇਂ ਨਹੀਂ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਮਾਧੀ ਉੱਤੇ ਹਜ਼ਾਰਾਂ ਲੋਕ ਨਮਸਕਾਰ ਕਰਨ ਲਈ ਜਾਂਦੇ। ਇੱਕ ਸ਼ਾਇਰ ਕਹਿੰਦਾ ਹੈ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੋਈ ਮਰਤਬਾ ਚਾਹੇ ਕਿ ਦਾਨਾ ਖਾਕ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਅਗਰ ਸੰਸਾਰ ਵਿੱਚ ਕੋਈ ਰੁਤਬਾ ਕਾਇਮ ਕਰਨਾ ਤੇ ਕੁਰਬਾਨੀ ਦੇਣੀ ਪਵੇਗੀ। ਜਿਹੜੇ ਲੋਕ ਲਾਲਚੀ ਤੇ ਸਵਾਰਥੀ ਹੋ ਜਾਣ, ਮਰ ਜਾਣ ਤੋਂ ਬਾਅਦ ਲੋਕ ਸੰਸਕਾਰ ਵੇਲੇ ਹੀ ਲਾਣਤਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ। ਕਿੰਨਿਆਂ ਨੂੰ ਲਾਣਤਾਂ ਪੈਂਦੀਆਂ ਹੈ ਤੁਸੀਂ ਸਾਰੇ ਵੇਖ ਤੇ ਸੁਣ ਰਹੇ ਹੋ। ਜਿਹੜੇ ਧਰਮ ਤੋਂ ਆਪਾਂ ਨਿਸ਼ਾਵਰ ਕਰਨ ਵਾਲੇ ਨੇ ਯਾਦ ਰੱਖਿਓ, ਜਿੰਨਾ ਚਿਰ ਸੰਸਾਰ ਵੱਸਦਾ ਰਹੇਗਾ ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣ। ਉੱਠਿਆ ਕੌਮ ਦਾ ਸੂਰਮਾ, 18 ਸਿਰ ਦਾ ਖੰਡਾ ਬੇਮਿਆਨ ਕੀਤਾ, ਖੱਬੀ ਤਲੀ ਤੇ ਸੀਸ ਟਕਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਖੰਡਾ ਵਾਹੁਣਾ ਆਰੰਭ ਕੀਤਾ। ਸਤਿਕਾਰਯੋਗ ਖਾਲਸਾ ਜੀ ਜਿਹੜੇ ਬਚ ਕੇ ਲਾਹੌਰ ਗਏ ਸਨ, ਉਹਨਾਂ ਆਖਿਆ ਖਾਨ ਸਾਹਿਬ ਅਸੀਂ ਜਿਉਂਦੇ ਬੰਦੇ ਦੇ ਲੜਦੇ ਵੇਖੇ ਨੇ, ਮਰਦੇ ਨਹੀਂ ਵੇਖੇ, ਮਰੇ ਬੰਦੇ ਵੀ ਲੜਨ ਲਈ ਤਿਆਰ ਹੋ ਗਏ, ਹਰਿਮੰਦਰ ਸਾਹਿਬ ਵਿੱਚ ਕਿਵੇਂ ਕਬਜ਼ਾ ਰੱਖ ਸਕਦੇ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਖੰਡਾ ਚੱਲਦਾ ਗਿਆ, ਚੱਲਦੇ ਚੱਲਦੇ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਜਾ ਪਹੁੰਚੇ, ਦੁਸ਼ਮਣਾਂ ਦੇ ਸਥਾਰ ਲਾਉਂਦੇ ਗਏ। ਜਹਾਨ ਖਾਨ ਆਪਣੀ ਜ਼ਿੰਦਗੀ ਬਚਾ ਕੇ ਨੱਸ ਗਿਆ, ਹਰਿਮੰਦਰ ਸਾਹਿਬ ਆਜ਼ਾਦ ਹੋਇਆ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕੀਤਾ। ਜਿੱਥੇ ਬਾਬਾ ਜੀ ਦਾ ਸੀਸ ਟਿਕਿਆ ਉੱਥੇ ਉਹਨਾਂ ਦੀ ਯਾਦ ਵਿੱਚ ਲਹਿੰਦੇ ਵਾਲੇ ਪਾਸੇ ਪਰਿਕਰਮਾ ਵਿੱਚ ਇੱਕ ਸ਼ਹੀਦ ਗੰਜ ਗੁਰਦੁਆਰਾ ਬਣਿਆ। ਸਰਕਾਰ ਦੇ ਟੈਂਕ ਆਏ ਸਨ ਪਰ ਉਸ ਤੋਂ ਅੱਗੇ ਨਹੀਂ ਲੰਘ ਸਕੇ। ਜਿਹੜੇ ਬਾਬਾ ਦੀਪ ਸਿੰਘ ਸਾਹਿਬ ਨੇ ਜਹਾਨ ਖਾਨ ਨੂੰ ਅੰਮ੍ਰਿਤਸਰ ਦੀ ਧਰਤੀ 'ਤੇ ਨਹੀਂ ਰਹਿਣ ਦਿੱਤਾ, ਦੁਸ਼ਮਣ ਦੇ ਟੈਂਕਾਂ ਨੂੰ ਅੱਗੇ ਨਹੀਂ ਵਧਣ ਦਿੱਤਾ, ਸ਼ਹੀਦ ਹੋਏ ਸੂਰਮੇ ਨੇ। ਸਤਿਕਾਰਯੋਗ ਖਾਲਸਾ ਜੀ, ਜਿੱਥੇ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸ਼ਹੀਦ ਗੰਜ ਬਣਿਆ। ਉਸ ਵੇਲੇ ਅੰਮ੍ਰਿਤਸਰ ਸ਼ਹਿਰ ਦੇ ਸ਼ਮਸ਼ਾਨ ਘਾਟ ਸੀ, ਬਾਬਾ ਜੀ ਦਾ ਉੱਥੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤਰ੍ਹਾਂ ਕੌਮ ਦੇ ਯੋਧੇ ਨੇ ਧਰਮ ਦੀ ਖਾਤਰ ਆਪਣੇ ਜਿਸਮ ਦਾ ਬਲੀਦਾਨ ਦਿੱਤਾ। ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਸਿੱਖ ਅਰਦਾਸ ਕਰਦਾ ਹੈ, ਇਹ ਭਾਵੇਂ ਕੈਦਖਾਨੇ ਵਿੱਚ ਹੋਵੇ ਅਤੇ ਭਾਵੇਂ ਦੇਸ਼ ਦਾ ਬਾਦਸ਼ਾਹ ਹੋਵੇ, ਹਰਿਮੰਦਰ ਸਾਹਿਬ ਸਿੱਖ ਨੂੰ ਜ਼ਿੰਦਗੀ ਨਾਲੋਂ ਜ਼ਿਆਦਾ ਪਿਆਰਾ ਹੈ। ਇਹ ਅਰਦਾਸ ਕਰਦਾ ਹੈ, ਅੰਮ੍ਰਿਤਸਰ ਦੇ ਝੰਡੇ ਵੰਗੇ ਜੁਗੋ ਜੁਗ ਅਟਲ ਕਰਨੇ, ਜਿੰਨਾ ਚਿਰ ਅਟਲ ਨਾ ਰਹਿਣਗੇ ਸਿੱਖ ਆਪਣਾ ਤਲੀ 'ਤੇ ਸੀਸ ਰੱਖ ਕੇ ਹਰਿਮੰਦਰ ਦੀ ਆਜ਼ਾਦੀ ਲਈ ਲੜਦਾ ਰਹੇਗਾ। ਅਤੇ ਜਿਹਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਕਦੇ ਸਿੱਖਾਂ ਨੇ ਜਿਉਂਦਿਆਂ ਨਹੀਂ ਛੱਡਿਆ, ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। ਕੁਰਬਾਨੀ ਦੇ ਪੁੰਜ ਸਰਦਾਰ ਭਗਤ ਸਿੰਘ ਦੇ ਮਾਤਾ ਜਿਉਣ ਕੌਰ ਦੀ ਕੁੱਖ ਤੋਂ ਪੈਦਾ ਹੋਏ, ਮਹਾਂਪੁਰਸ਼ਾਂ ਦੇ ਕਹਿਣ ਉੱਤੇ ਜਗੇ ਹੋਏ ਦੀਪ ਨੇ ਦੀਪ ਸਿੰਘ ਬਣ ਕੇ ਦੇਸ਼ ਲਈ, ਵਤਨ ਲਈ, ਧਰਮ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਅਤੇ ਜੰਗ ਲੜੇ, ਉਹਨਾਂ ਦੀ ਯਾਦ ਵੀ ਜੁੜ ਬੈਠੇ ਹੋ। ਬਾਬਾ ਜੀ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਉਹਨਾਂ ਨੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਮਾਣ ਪਾਇਆ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਆਪਾਂ ਵੀ ਚੰਗੇ ਇਨਸਾਨ ਬਣੀਏ। ਮਹਾਰਾਜ ਕਿਰਪਾ ਕਰਨ, ਸਾਡਾ ਜੀਵਨ ਸਫਲਾ ਹੋਵੇ। ਇਹ ਪੁਰਬ, ਇਹ ਜਨਮ ਦਿਨ ਮਨਾਏ ਤਾਂ ਹੀ ਸਫਲੇ ਹੋ ਸਕਦੇ ਨੇ। ਇਹ ਸੰਗਤ ਹੈ ਜਿਹਦੇ ਵਿੱਚੋਂ ਸਾਰਾ ਕੁਝ ਪ੍ਰਾਪਤ ਹੁੰਦਾ। ਮਹਾਰਾਜ ਆਪਣੀ ਪਾਵਨ ਬਾਣੀ ਵਿੱਚ ਜ਼ਿਕਰ ਕਰਦੇ ਨੇ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਵਿੱਚ ਰੱਬ ਵੱਸਦਾ ਹੈ, ਅਤੇ ਸੰਗਤ ਵਿੱਚ ਆਉਣ ਵਾਲਾ ਬੰਦਾ ਜਿਹੜਾ ਕਦੇ ਗੁਰੂ ਨਾਨਕ ਦੇ ਘਰ ਵਿੱਚ ਝਾੜੂ ਫਿਰਦਾ, ਇੱਕ ਦਿਨ ਗੁਰੂ ਹੋ ਬਹਿੰਦਾ। ਦੇਵੀ ਦੇ ਉਪਾਸ਼ਕ ਲਹਿਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ,
ਸੱਚੇ ਪਾਤਸ਼ਾਹ ਨੇ ਉਹਦੀ ਸੇਵਾ ਤੇ ਪ੍ਰਸੰਨ ਹੋ ਕੇ ਆਪਣੀ ਥਾਂ ਤੇ ਬਿਠਾ ਕੇ ਉਹਨੂੰ ਗੁਰੂ ਅੰਗਦ ਦੇਵ ਕਹਿ ਕੇ ਐਲਾਨ ਕੀਤਾ। ਇਸ ਗੁਰੂ ਦੇ ਦਰਬਾਰ ਵਿੱਚ ਜਿਹੜਾ ਮਨੁੱਖ ਸ਼ਿੱਦਤ ਨਾਲ ਆਉਂਦਾ ਹੈ, ਨਿਮਰਤਾ ਨਾਲ ਆਉਂਦਾ ਹੈ, ਭਰੋਸਾ ਤੇ ਯਕੀਨ ਰੱਖ ਕੇ ਆਉਂਦਾ ਹੈ, ਗੁਰੂ ਬੜਾ ਵੱਡਾ ਮਰਤਬਾ ਤੇ ਮਾਣ ਬਖਸ਼ਦਾ ਹੈ। ਆਓ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ। ਇਸ ਤੋਂ ਵੱਡਾ ਕੋਈ ਘਰ ਹੈ ਵੀ ਨਹੀਂ ਸੰਸਾਰ ਵਿੱਚ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹੋ, ਨਿਚਲ ਚੌਰ ਛੱਤ। ਬੇਸ਼ੱਕ ਇਹਨਾਂ ਦੇ ਪੰਨੇ ਵਖੇਰੇ ਜਾਣ, ਬੇਸ਼ੱਕ ਇਸ ਸ਼ਬਦ ਗੁਰੂ ਦਾ ਅਪਮਾਨ ਕੀਤਾ ਜਾਵੇ, ਪਰ ਜਿੰਨਾ ਚਿਰ ਸੰਸਾਰ ਵੱਸਦਾ ਰਹੇਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਂਦ ਨੂੰ ਕੋਈ ਵੀ ਮਿਟਾ ਨਹੀਂ ਸਕੇਗਾ। ਇਹ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਦਸਾਂ ਗੁਰੂਆਂ ਦੀ ਜੋਤ ਇਹਦੇ ਵਿੱਚ ਟਿਕਾਈ। ਭਗਤਾਂ ਦੀਆਂ ਆਤਮਾਵਾਂ ਉੱਚੀ ਉੱਚੀ ਕੂਕ ਕੇ ਕਹਿ ਰਹੀਆਂ ਨੇ, ਐਵੇਂ ਜੰਗਲਾਂ ਵਿੱਚ ਭਰਕਦਾ ਫਿਰਦਾ ਹੈ, ਹਿਰਦੇ ਵਿੱਚ ਰੱਬ ਵੱਸਦਾ ਹੈ, ਆ ਗੁਰੂ ਦੀ ਸ਼ਰਨ ਵਿੱਚ ਆ, ਪਰਮੇਸ਼ਰ ਦੀ ਬੰਦਗੀ ਕਰ, ਨਿਰੰਕਾਰ ਤੇਰੇ 'ਤੇ ਮਿਹਰਬਾਨ ਹੋਵੇਗਾ। ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆਏ ਗੁਰਸਿੱਖੋ, ਅਰਦਾਸ ਕਰੋ ਸੱਚੇ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਹੁਕਮ ਕਰਕੇ ਗਏ ਸਨ ਇੱਕ ਵੀਰ ਦੀ, ਮੈਂ ਬੇਨਤੀ ਕਰਦਾ ਉਹਦੀ ਪਾਲਣਾ ਨਹੀਂ ਕੀਤੀ ਜਾਣੀ, ਫਿਰ ਜਦੋਂ ਕਿਤੇ ਹਾਜ਼ਰੀ ਭਰਨ ਲਈ ਆਏ ਤੁਹਾਡੇ ਹੁਕਮ ਦੀ ਪਾਲਣਾ ਕਰਾਂਗੇ। ਗੁਰੂ ਕੀ ਸੰਗਤ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਇਤਿਹਾਸ ਭੇਟ ਬਹੁਤ ਸਾਰੀ ਕੀਰਤਨ ਭੇਟ ਮਾਇਆ ਅਰਦਾਸ ਕਰਵਾਈ ਗਈ ਹੈ। ਅਰਦਾਸ ਕਰਦੇ ਹਾਂ ਮਹਾਰਾਜ ਇਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਅੱਖਾਂ ਦਾ ਇੱਕ ਮੁਫਤ ਚੈੱਕਅਪ ਕੈਂਪ ਹਰ ਸ਼ੁੱਕਰਵਾਰ ਲੱਗਦਾ ਹੈ। ਅੱਖਾਂ ਬਹੁਤੇ ਲੋਕਾਂ ਦੀਆਂ ਖਰਾਬ ਨੇ, ਇਸ ਲਈ ਇੱਕ ਤਾਂ ਸਾਡਾ ਆਬੋ ਹਵਾ ਵਧੀਆ ਨਹੀਂ, ਦੂਜਾ ਸਾਡਾ ਖਾਣਾ ਪੀਣਾ ਚੰਗਾ ਨਹੀਂ ਰਹਿ ਗਿਆ। ਜਿੱਥੇ ਅਸੀਂ ਚੰਗਾ ਖਾਂਦੇ ਨਹੀਂ ਉੱਥੇ ਅਸੀਂ ਮਿਹਨਤ ਕਰਨੀ ਵੀ ਛੱਡੀ ਜਾਂਦੇ। ਅਜੋਕੇ ਸਮੇਂ ਦੇ ਮਸ਼ੀਨਰੀ ਯੁੱਗ ਨੇ ਮਨੁੱਖੀ ਸਰੀਰ ਨੂੰ ਨਕਾਰਾ ਕਰ ਦਿੱਤਾ ਹੈ, ਨਿਗਾਹ ਘੱਟਦੀ ਜਾਂਦੀ ਅਤੇ ਯਤਨਸ਼ੀਲ ਲੋਕ ਇਹੋ ਜਿਹੇ ਯਤਨ ਕਰਦੇ ਨੇ। ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾਕਟਰ ਰਮੇਸ਼ MD ਸਟੇਟ ਅਵਾਰਡੀ ਵੱਲੋਂ ਲਗਾਇਆ ਜਾ ਰਿਹਾ ਕੈਂਪ ਅਡਵਾਂਸ ਲੁਧਿਆਣਾ ਅੱਖਾਂ ਦਾ ਹਸਪਤਾਲ ਨੇੜੇ ਦੁਆਬਾ ਪੈਟਰੋਲ ਪੰਪ ਅੰਮ੍ਰਿਤਸਰ ਰੋਡ ਕਪੂਰਥਲਾ। ਇੱਥੇ ਹਰ ਸ਼ੁੱਕਰਵਾਰ ਇਹ ਕੈਂਪ 10 ਵਜੇ ਤੋਂ 2 ਵਜੇ ਤੱਕ ਲੱਗਿਆ ਕਰੇਗਾ। ਲੋੜਵੰਦ ਵੀਰ, ਲੋੜਵੰਦ ਗੁਰਮੁਖ ਉੱਥੇ ਜਾ ਕੇ ਆਪਣੇ ਅੱਖਾਂ ਦੀ ਫ੍ਰੀ ਚੈੱਕਅਪ ਕਰਾਓ ਔਰ ਆਪਣਾ ਇਲਾਜ ਕਰਾਓ, ਇਹ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਇੰਨੀਆਂ ਕੁ ਬੇਨਤੀਆਂ ਨਾਲ ਸਮੁੱਚੇ ਪ੍ਰਬੰਧਕ ਮੀਰਾਂ ਦਾ, ਭਾਈ ਜਸਵੰਤ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ 'ਤੇ, ਬਾਕੀ ਸਾਰੀ ਪ੍ਰਬੰਧਕ ਕਮੇਟੀ ਦਾ, ਗੁਰੂ ਕੀ ਸੰਗਤ ਦਾ, ਭਾਈ ਮਨਦੀਪ ਸਿੰਘ ਜੀ ਦਾ ਜੋ ਰਿਕਾਰਡਿੰਗ ਕਰ ਰਹੇ ਨੇ, ਇਹ ਰਿਕਾਰਡਿੰਗ ਇਹਨਾਂ ਨੇ ਨੈੱਟ 'ਤੇ ਪਾਉਣੀ ਹੈ, ਵਾਰ ਵਾਰ ਸੁਣਨ ਲਈ ਮਿਲੇਗੀ। ਬੜੇ ਅੱਛੇ ਗੁਰਸਿੱਖ ਪਿਆਰੇ ਨੇ, ਮਹਾਰਾਜ ਆਪਣੀ ਬਖਸ਼ੇ ਨਾਲ ਨਵਾਜਣ। ਬਾਕੀ ਸਾਰੇ ਵੀਰ ਵੀ ਸੇਵਾਵਾਂ ਨਿਭਾ ਰਹੇ ਨੇ, ਸੱਚੇ ਪਾਤਸ਼ਾਹ ਸਾਰਿਆਂ ਉੱਤੇ ਬਖਸ਼ਿਸ਼ ਕਰਨ। ਹਜ਼ੂਰ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਜੀ। ਦਰਜੀ ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ ਨਾ, ਕਈ ਵਾਰੀ ਕਟਾਈ ਕਰਦਿਆਂ ਕਰਦਿਆਂ ਕੈਂਚੀ ਨਾਲ ਕਿਤੇ ਨਾ ਕਿਤੇ ਕੱਪੜੇ ਨੂੰ ਟੁੱਕ ਲਾ ਹੀ ਜਾਂਦਾ ਹੈ। ਪ੍ਰਚਾਰਕ ਯਤਨ ਕਰਦਾ ਹੈ ਇਤਿਹਾਸ ਬਿਆਨ ਕਰਦਿਆਂ ਸੁਲਝੇ ਲਫ਼ਜ਼ਾਂ ਨਾਲ ਹੀ ਸੰਗਤ ਦੀ ਸੇਵਾ ਕੀਤੀ ਜਾ ਸਕੇ, ਪਰ ਕਈ ਵਾਰੀ ਲਫ਼ਜ਼ੋ ਕਲਫਜ਼ੀ ਹੋ ਜਾਂਦੀ ਹੈ। ਸੰਗਤ ਦੀ ਵਡਿਆਈ ਇਹ ਬਖਸ਼ ਦਿੰਦੀ ਹੈ, ਅਤੇ ਗੁਰੂ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਕਰਦੀਏ। ਸਾਡੀ ਵੀ ਅਰਦਾਸ ਕਰਿਓ, ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਚੰਗੇ ਲਫ਼ਜ਼ਾਂ ਨਾਲ ਗੁਰੂ ਕੇ ਮਹਾਨ ਯੋਧਿਆਂ ਦਾ ਇਤਿਹਾਸ ਤੁਹਾਡੀ ਖਿਦਮਤ ਵਿੱਚ ਅਰਜ ਕਰਦੇ ਰਹੀਏ, ਤੁਹਾਡੀਆਂ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਗੁਰੂ ਕੀ ਸੰਗਤ ਦਾ ਧੰਨਵਾਦ ਅਤੇ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਧੰਨਵਾਦ, ਜਿਸ ਦੀਨ ਦੁਨੀ ਦੇ ਮਾਲਕ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਖਲੋ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਇਤਿਹਾਸ ਤੁਹਾਡੀ ਸੇਵਾ ਵਿੱਚ ਅਰਜ ਕੀਤਾ ਜੀ। ਇੰਨੀਆਂ ਕੁ ਬੇਨਤੀਆਂ ਨਾਲ ਆਪ ਜੀ ਤੋਂ ਆਗਿਆ ਮੰਗਦੇ ਹਾਂ, ਫਿਰ ਜਦੋਂ ਵਾਹਿਗੁਰੂ ਨੇ ਅੰਜਲ ਬਣਾਇਆ ਤੁਹਾਡੀ ਦੀਦਾਰ ਕਰਨ ਲਈ ਹਾਜ਼ਰ ਹੋਵਾਂਗੇ। ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।